बॉक्समन टीवी देख रहे हैं सर दर्शकों का स्वागत है दोस्तों आज जिस फनकार जिस कलाकार या जिस महान शख्सियत ਨੂੰ ਤੁਹਾਨੂੰ ਮੈਂ ਮਿਲਾ ਰਿਹਾ ਸਾਜਾਂ ਦੀ ਮਹਿਫਲ ਦੇ ਵਿੱਚ ਉਹ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਮਿਸਾਲ ਨੇ ਜਿਸ ਸੰਗੀਤ ਨੂੰ ਲੈ ਕੇ ਉਹਨਾਂ ਨੇ ਬਹੁਤ ਅਜਿਹੀਆਂ ਚੀਜ਼ਾਂ ਕੀਤੀਆਂ ਨੇ ਜੋ ਸ਼ਾਇਦ ਕਦੇ ਹੋ ਨਹੀਂ ਸਕਦੀਆਂ ਸੀ ਜੇਕਰ ਇਹ ਜਨਮ ਨਾ ਲੈਂਦੇ ਮੈਂ ਨਾਮ ਲੈ ਰਿਹਾ ਭਾਈ ਬਲਦੀਪ ਸਿੰਘ ਜਿਨ੍ਹਾਂ ਨੇ ਬਹੁਤ ਸਾਰੇ ਅਜਿਹੇ ਸਾਜ ਨੇ ਸਾਡੇ ਗੁਰਮਤ ਸੰਗੀਤ ਨਾਲ ਜੁੜੇ ਹੋਏ ਨੇ ਜਿਨ੍ਹਾਂ ਨੂੰ ਦੁਬਾਰਾ ਸੁਰਜੀਤ ਕੀਤਾ ਹੈ ਦੁਬਾਰਾ ਉਹਨਾਂ ਦੀ ਸਰਜਨ ਕੀਤੀ ਹੈ ਸੋ ਬਹੁਤਾ ਟਾਈਮ ਨਹੀਂ ਲਵਾਵਾਂਗਾ ਮੈਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਜਾਣਕਾਰੀ ਲੈਣੇ ਆ ਵੀ ਕਿਹੜੇ ਕਿਹੜੇ ਸਾਜ਼ ਨੇ ਜਿਹੜੇ ਉਹਨਾਂ ਨੇ ਦੁਬਾਰਾ ਜਿਹੜੇ ਕਿ ਸਾਡੇ ਸਾਹਮਣੇ ਪੇਸ਼ ਕੀਤੇ ਨੇ ਭਾਈ ਬਲਦੀਪ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਜੀ ਮਿਹਰਬਾਨੀ ਤੁਹਾਨੂੰ ਉਹਨੂੰ ਉਹ ਤੁਹਾਡੇ ਸਾਰੇ ਜਿਹੜੇ ਤੁਹਾਡੇ ਸੁਣਨ ਵਾਲੇ ਨੇ ਜੀ ਮੇਰੀ ਮੇਰੀ ਬਹੁਤ ਬਹੁਤ ਪਿਆਰ ਭਰੀ ਸੱਤਰੀਕਾਲ ਬਹੁਤ ਵੱਡਾ ਉਪਰਾਲਾ ਸ਼ਲਾਗਾ ਯੋਗ ਉਪਰਾਲਾ ਤੇ ਬਹੁਤ ਔਖਾ ਕਦਮ ਤੁਸੀਂ ਚੁੱਕਿਆ ਜੇਕਰ ਪੁਰਾਣੇ ਸਾਜ਼ਾਂ ਦੀ ਗੱਲ ਕਰ ਲਈਏ ਜਿਹੜੇ ਸਾਜ਼ ਤੋਂ ਅਸੀਂ ਬੇਮੁਖ ਹੋ ਗਏ ਸੀ ਜਾਂ ਭੁੱਲ ਹੀ ਗਏ ਸੀ ਉਹਨਾਂ ਨੂੰ ਤੁਸੀਂ ਦੁਬਾਰਾ ਸਰਜਨ ਕੀਤੀ ਹੈ ਉਹਨਾਂ ਦੀ ਇਹ ਇਹ ਪੈੜਾ ਜਾਂ ਪੈਂਡਾ ਸਫਰ ਸ਼ੁਰੂਆਤ ਕਿਵੇਂ ਕੀਤੀ ਇਹਦੀ ਅ 80 ਦਾ ਜਿਹੜਾ ਦਹਾਕਾ ਸੀ ਉਦੋਂ ਮੈਂ ਆਪਣੇ ਦਾਦੇ ਪਾਈਆਂ ਪਾਈ ਅਫਤਾਰ ਸਿੰਘ ਪਾਈ ਗੁਰਚਰਨ ਸਿੰਘ ਉਹਨਾਂ ਨਾਲ ਅਮ ਵਾਰਤਾ ਵਿੱਚ ਜੀ ਆਇਆ ਸਾ ਤੇ ਉਹਨਾਂ ਤੋਂ ਮੇਰੀ ਸਿੱਖਿਆ ਵੀ ਯਾਨੀ ਕਿ ਸੰਥਿਆ ਵੀ ਸ਼ੁਰੂ ਹੋ ਚੁੱਕੀ ਸੀ ਤੇ ਉਹਨਾਂ ਨੇ ਅਕਸਰ ਕਹਿਣਾ ਕਿ ਆ ਵੀ ਬੇਟਾ ਲੈ ਵੀ ਤੈਨੂੰ ਆ ਸ਼ਬਦ ਰीत ਕਰਾਈਏ ਏ ਟੀ ਜੇ ਪਾਸ਼ਾ ਦੀ ਹੈ ਮੈਂ ਕਹਿਣਾ ਤੁਹਾਨੂੰ ਇੱਕ ਇਦਾਂ ਆਈ ਕਹਿੰਦੇ ਦੱਸਣਾ ਕਿ ਸੀਨਾ ਪਸੀਨਾ ਕਿ ਪਾਈ ਸਧਾਰਨ ਦਾ ਵੰਸ਼ ਹੈ ਤੇ ਆ ਗਾਵੇ ਇਹ ਬਾਬੇ ਕੀ ਬਸੰਤ ਹੈ ਤੇ ਉਹ ਗਾਣਾ ਸ਼ੁਰੂ ਕਰਨਾ ਹਾਂ ਭਗਤ ਨਾ ਛੋਡੋ ਤੇਰੀ ਭਗਤੀ ਨਾ ਛੋੜਾਂ ਕਿਆ ਕੋ ਹਸੈ ਸਾਚ ਜੀ ਨਾਮ ਮੇਰੇ ਰਦੈ ਵਸੈ ਭਗਤੀ ਨਾ ਉਹਨਾਂ ਨੇ ਕਿਹਾ ਕਿ ਇਹਦੇ ਨਾਲ ਬੇਟਾ ਉਹ ਜ਼ਮਾਨਾ ਸੀ ਜਦੋਂ ਰਬਾਬ ਵੱਜਦੀ ਸੀ ਜਾਂ ਇਹ ਜ਼ਮਾਨਾ ਸੀ ਜਦੋਂ ਹੁਣ ਸਰੰਦਾ ਆਇਆ ਗੁਰੂ ਘਰ 'ਚ ਜੀ ਤੇ ਮੇਰੇ ਜਦੋਂ ਉਹਨਾਂ ਨੇ ਕੁਝ ਵਾਰ ਕਿਹਾ ਤੇ ਫਿਰ ਮੇਰੇ ਮਨ 'ਚ ਆਇਆ ਕਿ 88 88 ਦੀ ਗੱਲ ਹੋਣੀ ਹੈ ਕਿ ਉਹ ਕਹਿੋ ਜਿਆ ਸਬਬ ਬਣੇ ਉਸ ਸਮਾਂ ਕਿਹੋ ਜਿਹਾ ਹੋਵੇਗਾ ਕਿ ਜਦੋਂ ਆਹ ਸ਼ਬਦ ਰੀਤਾਂ ਗੁਰੂ ਸੇ ਗੁਰੂ ਅਰਜਨ ਮਹਾਰਾ ਗੁਰੂ ਅਮਰਦਾਸ ਮਹਾਰਾਜ ਦੀ ਆਪਣੀ ਸ਼ਬਦ ਰੀਤ ਹੈ ਜਿਹੜੀ ਗੁਰੂ ਘਰ ਚ ਅੱਜ ਤੱਕ ਯਾਦ ਹੈ ਉਹਨਾਂ ਦੀ ਆਪਣੀ ਰਚੀ ਹੋਈ ਔਰ ਕਿ ਕਿਉਂ ਕੀ ਸਮਾਂ ਬਣੇ ਜਦੋਂ ਮਹਾਰਾਜ ਦੀ ਸ਼ਬਦ ਰੀਤ ਹੋਵੇ ਉਹਨਾਂ ਦੀ ਬਣਾਈ ਤੁਣ ਹੋਵੇ ਤੇ ਉਹੀ ਸਾਜ਼ ਹੋਣ ਸੋ ਇੱਥੋਂ ਇੱਕ 18 ਸਾਲ ਦੇ ਜਵਾਕ ਨੂੰ ਜਿਹੜਾ ਚੈਂਪੀਓਨ ਐਰੋ ਮਾਡਲਰ ਸੀ ਜਹਾਜ਼ ਬਣਾਉਣੇ ਉਡਾਉਣੇ ਕਲਾਬਾਜ਼ੀਆਂ ਕਰਨੀ ਮੁਕਾਬਲੇ ਜਿੱਤਨੇ ਪੰਜਾਬ ਦਾ ਮੈਂ ਬੈਸਟ ਐਰੋ ਮਾਡਲਰ ਉਹਦੋਂ ਆਲਰੇਡੀ ਐਨਸੀਸੀ ਚ ਹੁੰਦਾ ਸੀ ਮੈਂ ਸੋ ਬੜਾ ਮੇਰੇ ਲਈ ਬੜਾ ਇੰਪੋਰਟੈਂਟ ਕੰਟ੍ਰਿਬਿਊਸ਼ਨ ਹੈ ਮੇਰੇ ਜੀਵਨ ਚ ਐਨਸੀਸੀ ਦਾ ਵੀ ਤੇ ਉਹ ਕਿਉਂਕਿ ਟੂਲ ਟਾਲ ਕਿੱਥੇ ਹੋਣੇ ਜਹਾਜ਼ੂਜ ਬਣਾਉਣੇ ਉੱਥੇ ਇੱਕ ਸਬਬ ਬਣਿਆ ਸਾ ਤੇ ਉਹ ਮੈਂ ਫੇਪਾਲ ਸ਼ੁਰੂ ਕੀਤੀ ਤੇ ਵੱਡੇ ਵੱਡੇ ਜਿਹੜੇ ਵਤਨ ਦੇ ਆਪਣੇ ਰਿਖੀਰਾਮ ਦੇ ਪਰਿਵਾਰ ਚੋਂ ਹੋਰ ਜਿਹੜੇ ਵਿਦਵਾਨ ਸਾਜ਼ ਬਣਾਉਣ ਵਾਲੇ ਸਨ ਉਹਨਾਂ ਨਾਲ ਮੈਂ ਵਾਰਤਾ ਕੀਤੀ ਜਾਂ ਉਹਨਾਂ ਨਾਲ ਪੁੱਛਿਆ ਉਹਨਾਂ ਨੂੰ ਬੇਨਤੀ ਕੀਤੀ ਕਿ ਮੈਨੂੰ ਸਾਜ਼ ਬਣਾ ਕੇ ਦਿਓ ਉਹ ਲਾਰੇ ਲਾਤੇ ਉਹਨਾਂ ਨੇ 6-7-8 ਮਹੀਨੇ ਕੱਢ ਸਤੇ ਤੇ ਫਿਰ ਜਦੋਂ ਦਾਦਿਆਂ ਨੇ ਵੀ ਇੱਕ ਦੋ ਵਾਰ ਕਿਹਾ ਤੇ ਮੈਂ ਫੇਰ ਗਿਆ ਦਸਤਕ ਕੀਤੀ ਉਹ ਕਹਿਣ ਲੱਗੇ ਬਈ ਮਲਦੀਪ ਜੀ ਤੁਹਾਨੂੰ ਤੁਸੀਂ ਹੁਣ ਇੰਨੇ ਵੱਡੇ ਬਜ਼ੁਰਗਾਂ ਦੇ ਨਾਲ ਤੁਸੀਂ ਉਹਨਾਂ ਦੇ ਵੰਸ਼ਜ ਹੈਗੇ ਉਹ ਤੌਥੋਂ ਕੀ ਲੁਕੋਣਾ ਅਹੀਂ ਤਾਂ ਸੋਚਿਆ ਸੀ ਤੁਰਤਰ ਜਾਓਗੇ ਪੋਲਪਾਲ ਜਾਓਗੇ ਆਓਗੇ ਕਿ ਨਹੀਂ ਸਾਡੀ ਬਿਜ਼ਨਸ ਰਹਿ ਜੂ ਕਹਿੰਦੇ ਸੱਚ ਇਹ ਹੈ ਕਿ ਸਾਨੂੰ ਇਹ ਬਣਾਉਣੇ ਨਹੀਂ ਆਉਂਦੇ ਅਸੀਂ ਇਹ ਕਦੇ ਬਣਾਇ ਸੀ ਤਾਂ ਸਿਤਾਰਾ ਬਣਾਉਨੇ ਆ ਦਲਰੂ ਵਾਵਾ ਤੋਂ ਵਾਦ ਬਣਾ ਲਿਆ ਪਰ ਇਹ ਤਾਊਸ ਕਿਵੇਂ ਅਸੀਂ ਕਹਿੰਦੇ ਬਣਾਏ ਨਹੀਂ ਸਾਨੂੰ ਨਾ ਰਬਾਬ ਬਣਾਉਣੀ ਆਉਂਦੀ ਨਾ ਸਰੰਦਾ ਬਣਾਉਣਾ ਆਉਂਦਾ ਪਰ ਤੁਸੀਂ ਜੇ ਪੁਰਾਣੇ ਲਿਆਓ ਤੁਹਾਡੇ ਦਾਦੇ ਕਹਿੰਦੇ ਸੀ ਕਿ ਵੀ ਪੁਰਾਣੇ ਸਾਜ਼ ਪਏ ਨੇ ਘਰ 'ਚ ਤੇ ਅਸੀਂ ਇਹ ਢਾਂਚੇ ਅਸੀਂ ਤਿਆਰ ਕਰ ਦਿਆਂਗੇ ਤੇ ਮੈਂ ਕਹਾਂ ਜੀ ਢਾਂਚੇ ਤਾਂ ਮੈਂ ਤੋਂ ਉੱਥੋਂ ਵਧੀਆ ਤਿਆਰ ਕਰੂੰਗਾ ਕਿ ਮੈਂ ਤਾਂ ਝਾਰ ਬਣਾਉਂਦਾ ਰਿਆਂ ਤੋ ਹੀ ਨਹੀਂ ਮੇਰਾ ਮੁਕਾਬਲਾ ਕਰ ਸਕਦੇ ਲੇਕਿਨ ਮੈਂ ਉਹ ਲੱਭਦਾ ਉਹ ਵਿਦਵਾਨ ਸਾਜ਼ ਬਣਾਉਣ ਵਾਲਾ ਜਿਹੜਾ ਜਾਣਦਾ ਹੈ ਕਿ বাজਦੇ ਕਿਵੇਂ ਆ ਕਿਉਂਕਿ ਸਾਜ਼ ਅਲੋਪ ਹੋ ਚੁੱਕੇ ਨੇ ਪੁਨਰਸਰਜਨ ਜਦੋਂ ਕਰਨਾ ਹੁੰਦਾ ਹੈ ਸਾਜ਼ ਜਦੋਂ ਅਲੋਪ ਹੁੰਦੇ ਨੇ ਨਾ ਉਹਨਾਂ ਦੇ ਸੰਧ ਮਰ ਚੁੱਕ ਮਰ ਜਾਂਦੇ ਨੇ ਉਹਨਾਂ ਨੂੰ ਸੰਧਾਂ ਨੂੰ ਬਣਾਉਣ ਦੀ ਵਿਧੀ ਮਰ ਚੁੱਕੀ ਹੁੰਦੀ ਹੈ ਸੰਧਾਂ ਨੂੰ ਵਰਤਨ ਦੀ ਵਿਧੀ ਮਰ ਜਾਂਦੀ ਹੈ ਸਾਜ਼ ਬਣਾਉਣ ਦੀ ਵੀ ਦੀ ਮਰਦੀ ਹੈ ਵਜਾਉਣ ਦੀ ਵੀ ਦੀ ਮਰਦੀ ਹੈ ਸਾਰੀਆਂ ਪੂਰਾ ਇਕੋਸਿਸਟਮ ਰਿਕਵਰ ਕਰਨਾ ਹੁੰਦਾ ਤੇ ਮੈਂ ਕਿਹਾ ਜੇ ਤੁਸੀਂ ਸਿੱਖੇ ਹੀ ਨਹੀਂ ਬਣਾਉਣੇ ਤੇ ਜੇ ਤੁਸੀਂ ਵਜਾਣਾ ਨਹੀਂ ਜਾਣਦੇ ਤੇ ਸਾਜ਼ ਤਾਂ ਬਣ ਹੀ ਨਹੀਂ ਸਕਦਾ ਉਹ ਕਹਿੰਦੇ ਕਿ ਕਿਦਾਂ ਦੀ ਤੂੰ ਕਹਿੰਦੇ ਕਹਿੰਦੇ ਤੂੰ ਬਜ਼ੁਰਗਾਂ ਦਾ ਵੱਡੇ ਬਜ਼ੁਰਗਾਂ ਕੋਲ ਰਹਿਣਾ ਤਾਂ ਤਾਂ ਤੈਨੂੰ ਇਹ ਗੱਲਾਂ ਆਉਂਦੀਆਂ ਤੇ ਉਹ ਖੈਰ ਹੱਸੋ ਹੱਸੋ ਖੇੜੀ ਵੀ ਹੋਈ ਲੇਕਿਨ ਮੇਰੀ ਭਾਲ ਜਾਰੀ ਰਹੀ ਤਕਰੀਬਨ 92 ਦੀ ਸਰਦੀਆਂ ਅਸੀਂ ਜਦੋਂ ਮੈਂ ਗਿਆਨੀ ਹਰਪ੍ਰਜਨ ਸਿੰਘ ਮਿਸਤਰੀ ਨੂੰ ਲੱਭ ਲੈਣਾ ਜੇਠੂਵਾਲ ਪਿੰਡ ਵੇਰਕੇ ਲਾਗੇ ਉਹ ਦੂਜੇ ਵਿਸ਼ਵ ਯੁੱਧ ਦੇ ਵੈਟਰਨ ਸੀ ਜੀ 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 ਫੌਜੀ ਰਿਟਾਇਰਡ ਸੀ 1949 ਤਾਈਂ ਉਸਤਾਦ ਭਾਈ ਬਤਨ ਸਿੰਘ ਮੇਲੀ ਵਾਲਿਆਂ ਵਸ ਸਾਜ਼ ਬਣਾਉਂਦੇ ਰਹੇ ਜੀ ਜਨੰਦ ਲਾਲ ਫਗਵਾੜੇ ਵਾਲੇ ਜਿਹੜੇ ਬਹੁਤ ਵਿਦਵਾਨ ਸਾਜ਼ ਸਾਜ਼ ਬਣਾਉਣ ਦੀ ਦੁਕਾਨ ਸੀ ਉਹਨਾਂ ਨੇ ਵੀ ਆਪਣੀ ਚਾਬੀਆਂ ਉਹਨਾਂ ਦੇ ਪੈਰਾਂ ਤੇ ਡਾਰਤੀਆਂ ਸੀ ਕਿ ਲੈ ਜਾ ਕੇ ਤੂੰ ਜਿੰਨੀ ਤਨਖਾਹ ਕਹੇਂਗਾ ਤੈਨੂੰ ਦੇਣਾ ਤੂੰ ਜਾ ਕੇ ਦੁਕਾਨ صاحب ਬਜ਼ੁਰਗ ਹੋ ਰਹੇ ਸਨ ਉਹ ਅੱਗੇ ਉਹਨਾਂ ਦੇ ਬੱਚੇ ਨਹੀਂ ਕੰਮ ਕਰਦੇ ਸੀ ਖੈਰ ਉਹਨਾਂ ਨੇ ਮਨਾ ਕਰਤਾ ਲੇਕਿਨ ਉਹਨਾਂ ਨੂੰ ਮੈਂ ਲੱਭ ਲਿਆ ਉਹਨਾਂ ਨੇ ਸਾਜ਼ 1999 ਤਾਈਂ ਜਿਵੇਂ ਦਸਿਆ ਬਣਾਏ ਸਨ ਤੇ ਮੈਂ ਕਿਹਾ ਜੀ ਮੇਰੇ ਲਈ ਬਣਾਓ ਜੀ ਕਹਿ ਲਗੇ ਮੇਰੀ ਤਾਂ ਹੁਣ ਕਮਾਨੀ ਟਹਿ ਗਈ ਅੱਛਾ ਤੇ ਮੈਂ ਉਹਨਾਂ ਨੂੰ ਛੇੜਿਆ ਮੈਂ ਕਿਹਾ ਜੀ ਫੇਰ ਠੀਕ ਹੈ ਤੁਹਾਡਾ ਗਿਆਨ ਤੇ ਕਮਾਨੀ ਮੇਰੀ ਸਹੀ ਕਹਿੰਦੇ ਲੈ ਤੂੰ ਅੰਗਰੇਜ਼ੀ ਬੋਲਦਾ ਸ਼ਹਿਰੀ ਜਵਾਕ ਐ ਤੂੰ ਕੀ ਕੰਮ ਕਰੇਂਗਾ ਕਦੇ ਮੈਂ ਕਹਾ ਜੀ ਇਹ ਨਾ ਮੈਨੂੰ ਚੈਲੰਜ ਕਰਿਓ ਉਹ ਐਹੋ ਜਿਹਾ ਸਾਡਾ ਲਾੜ ਬਣਿਆ ਜੀ ਕਿ 1995 ਦੀ ਜਿਹੜੀ ਮੈਂ ਤੁਹਾਨੂੰ ਤਸਵੀਰ ਦੇਖ ਰਹੇ ਹੋ ਤੁਸੀਂ ਦੁਵਾਰ ਤੇ ਟੰਗੀ ਹੋਈ 1995 ਚ ਫਿਰ ਮੈਂ ਇਹ ਜਿਹੜੇ ਸਾਜ਼ ਨੇ ਉਹਨਾਂ ਦੀ ਗੋਦ ਵਿੱਚ ਬਹਿ ਕੇ ਇਹਨੂੰ ਕਹੋ ਕਿ ਮੈਂ ਪੇੜ ਇੱਕ ਮਾਲਪੁਰ ਦੇ ਜਿਹੜੇ ਕਾਲਜ ਦੇ ਪ੍ਰਿੰਸੀਪਲ ਸੀ ਸਕੂਲ ਦੇ ਸੀਨੀਅਰ ਹਾਇਰ ਸਕੈਂਡਰ ਸਕੂਲ ਦੇ ਉੱਥੇ ਤੁਣ ਦਾ ਪੇੜ ਲੱਗਾ ਸੀ ਉਹਨਾਂ ਨੇ ਡੋਨੇਟ ਕੀਤਾ ਜ ਜਦੋਂ ਸਾਰੀ ਕਹਾਣੀ ਸੁਣੀ ਕਿ ਸਾਧ ਰਿਵਾਈਵ ਹੋ ਰਹੇ ਨੇ ਸੋ ਸਰਕਾਰੀ ਸਕੂਲ ਦੇ ਪੇੜ 'ਚੋਂ ਤੁਣ ਦਾ ਪੇੜ ਪ੍ਰਿੰਸੀਪਲ ਨੇ ਡੋਨੇਟ ਕੀਤਾ ਉੱਥੇ ਆਪਣੇ ਪ੍ਰੋਫੈਸਰ ਧਰਮ ਸਿੰਘ ਖਾਲਸਾ ਹੋਣੀ ਉੱਥੇ ਉਹਦੋਂ ਪੜਾਉਂਦੇ ਸਨ ਤੇ ਗਿਆਨੀ ਹਰਪ੍ਰਜਨ ਸਿੰਘ ਮਿਸਰੀ ਦੇ ਭਤੀਜੇ ਸਨ ਤੇ ਉਹਨਾਂ ਦੇ ਗਵਾਂਡ ਦਾ ਘਰ ਉਹ ਖੁੱਲਾ ਹੀ ਸੀ ਵਿਹੜਾ ਉਦੋਂ ਉਹ ਪੇੜ ਥੱਲੇ ਬਹਿ ਕੇ ਅਸੀਂ ਫਿਰ 7-8 ਦਿਨਾਂ ਦੇ ਵਿੱਚ ਤਾਊਸ ਬਣਾਇਆ 7-8 ਦਿਨਾਂ ਇਹ ਤਾਊਸ ਬਣਾਤਾ ਉਸਾਂ ਚ ਬਣਾਇਆ ਅੱਛਾ ਜੇ ਕਿਉਂਕਿ ਪੁਰਾਣੀ ਗੱਲ ਕਰਦੇ ਆਂ ਵੀ ਪੁਰਾਣੀ ਚੀਜ਼ ਨੂੰ ਦੁਬਾਰਾ ਸੁਰਜੀਤ ਕਰਨਾ ਸੀ ਜਾਂ ਉਹ ਉਹ ਬਿਲਕੁਲ ਉਦਾਂ ਦੀ ਬਣਾਉਣੀ ਸੀ ਸੋ ਸਿੱਖਿਆ ਕਿਵੇਂ ਲਈ ਜਾਂ ਕਿ ਤੁਸੀਂ ਕਹਿੰਦੇ ਹੋ ਵੀ ਕਮਾਨੀ ਉਹਨਾਂ ਦੀ ਟਾਗੀ ਕਮਾਨੀ ਤੁਹਾਡੀ ਕੰਮ ਆਈ ਸੋ ਕਿੱਥੇ-ਕਿੱਥੋਂ ਕਿਹੜੇ-ਕਿਹੜੇ ਮਤਲਬ ਪੜਾ ਨਿਕਲੇ ਸੀ ਉਸ ਚੋਂ ਕਿੱਦਾਂ ਬਣਾਇਆ ਗਿਆ ਸੀ ਉਹ ਚੀਜ਼ ਅੱਛਾ ਸਵਾਲ ਹੈ ਤੁਹਾਡਾ ਕਿ ਅਮ ਲੱਕੜ ਦੇਖੋ ਹਰ ਕੰਮ ਦੀ ਦੇ ਗੁਰ ਹੁੰਦੇ ਨੇ ਹੁਣ ਲੱਕੜ ਹੀ ਐ ਉਹਦਾ ਰੇਸ਼ਾ ਸਾਹਮਣਾ ਹੁੰਦਾ ਸੋ ਅਮ ਫਿਰ ਸ਼ੁਕਰਾਨਾ ਕਰ ਰਹੇ ਹਾਂ ਉਸ ਪ੍ਰਿੰਸੀਪਲ ਦਾ ਜੇ ਪੇੜ ਨਾ ਦਿੰਦਾ ਤੇ ਪੇੜ ਕੱਟੀ ਦਾ ਕਿਵੇਂ ਇਹਦਾ ਗੁਰ ਨਾ ਮਿਲਦਾ ਅੱਛਾ ਇਹਦਾ ਇੱਕ ਸਵਾਲ ਹੋ ਰਿਹਾ ਵੀ ਤੁਣ ਦੀ ਲੱਕੜੀ ਕਿਉਂ ਹਾਂਜੀ ਇਹ ਅਮ ਤੁਣ ਸ਼ਾਇਦ ਨਾਮ ਹੀ ਤੁਣ ਕੰ ਦਾ ਰੱਖਿਆ ਹੈ ਹੈ ਜੀ ਕਿ ਜਿਹੜੀ ਜਿਹੜੀ ਇਹ ਲੱਕੜ ਇਹੋ ਜੀ ਬਹੁਤ ਹੈ ਜੀ ਆ ਜਿਹੜਾ ਹਾਊਸ ਜਦੋਂ ਮੈਂ ਬਣਾਇਆ ਤੇ ਪਹਿਲਾਂ ਵੀ ਜਦੋਂ ਬਣਾਏ ਦੂਜਾ ਮੇਰੇ ਹੱਥਾਂ ਦਾ ਬਣਿਆ ਜੀ ਜੀ ਪੱਛਮੀ ਸਭਿਤਾ ਦੇ ਵਿੱਚ 100 100 ਸਾਲ ਪੁਰਾਣੀ ਮੈਂ ਵਾਇਲਨ ਵੀ ਬਣਾਇਆ 100 ਸਾਲ 150 ਸਾਲ ਪੁਰਾਣੀ ਲੱਕੜ ਨੰਬਰ ਪੀੜ ਕਿਹੜਾ ਸੀ ਪੀੜ ਨੰਬਰ ਲਾ ਕੇ ਰੱਖੀ ਹੁੰਦੀ ਲੱਕੜ ਹਾਂਜੀ ਉਹ ਰਸਮ ਹੈ ਜੀ ਜੀ ਸੁੱਕੀ ਐਨ ਲੱਕੜ ਜਿਹਦੇ ਵਿੱਚ ਮੌਇਸਚਰ ਨਹੀਂ ਜੀ ਟੁੰਨ ਦੀ ਲੱਕੜ ਸੁੱਕ ਜਵੇ ਕੂੜਾ ਇਹ ਜੋ ਕਟਿਏ ਗਿੱਲੀ ਲੱਕੜ ਤੇ ਢਾਲਿਆ ਜਾਂਦਾ ਹੈ ਇਹ ਮਲਾਈ ਵਾਂਗੂ ਛਿੱਲਦੀ ਹੈ ਮੱਖਣ ਵਾਂਗੂ ਜਿਵੇਂ ਤੁਸੀਂ ਗਰਮ ਚਾਕੂ ਜਾਂ ਚਾਪੂ ਉਹਦੇ ਚੁੱਕੜ ਰਹੇ ਹੁੰਦੇ ਹੋ ਤੇ ਜੇ ਸੁੱਕ ਜਵੇ ਤੇ ਉਹ ਐਨ ਪਾੜਦੀ ਅਰੇਸ਼ਾ ਲੈ ਜਾਂਦੀ ਹੈ ਸੋ ਇਹ ਰਸਮ ਬੜੀ ਮਜ਼ੇਦਾਰ ਹੈ ਔਰ ਆਪਣੀ ਜਿਹੜੀ ਤੁਸੀਂ ਜਿਵੇਂ ਦੇਖ ਰਹੇ ਹੋ ਨੈ ਨਕਸ਼ ਜਿਹੜੇ ਆ ਰਬਾਬ ਹੈ ਇਹ ਦੇਖੋ ਰਬਾਬ ਇਕੱਲੇ ਇਹ ਸਿੰਗਲ ਇਹ ਸਿੰਗਲ ਪੀਸ ਹੈ ਜੀ ਯਾਨੀ ਕਿ ਦੋ ਟੋਟੇ ਨਹੀਂ ਹੈ ਆ ਵੀ ਇਹ ਸਾਰਾ ਇੱਕ ਪੀਸ ਹੈ ਪੂਰਾ ਹਾਂਜੀ ਇਹ ਯਾਨੀ ਕਿ ਮੂਰਤੀਕਾਰੀ ਜੀ ਜੀ ਔਰ ਸਾਜ਼ਾਂ ਦੀ ਬੁਣਕਾਰੀ ਇਹ ਦੋਨੋਂ ਜੁੜੀਆਂ ਹੋਈਆਂ ਸਾਡੀ ਵਿਧੀ ਹੈ ਅੱਜ ਆ ਦੇਖੋ ਕਿ ਇਦਾਂ ਦੇ ਆਦਰ ਸਿੰਘ ਤਲਵਾਰ ਹੋਂ ਦਾ ਜਿਹੜੇ ਮਹਾਰਾਜ ਰਣਜੀਤ ਸਿੰਘ ਦੇ ਸੁਨਿਆਰੇ ਸਨ 47 ਚ ਜੈਪੁਰ ਚਲੇ ਗਏ ਕੁੰਦਨ ਦਾ ਕੰਮ ਹੈ ਇਹ 24 ਕੈਰਟ 골ਡ ਤੇ ਹੀਰਿਆਂ ਦੀ ਇਹ ਬਣੀ ਹੈ ਇਹ ਰਬਾਬ ਪ੍ਰੋਟੋਟਾਈਪ ਸੀ ਪ੍ਰਥਮ ਪਾਸ਼ਾ ਦੇ ਵਾਸਤੇ ਹਾਂਜੀ ਇਹ ਉਹਦਾ ਉਹ ਪ੍ਰੋਟੋਟਾਈਪ ਹੈਗਾ ਇਹ ਹਾਂਜੀ ਸੋ ਇਹ ਸੋ ਲੱਕੜ ਨੂੰ ਕੱਟਣਾ ਲੱਕੜ ਦਾ ਰੇਸ਼ਾ ਕਿਵੇਂ ਰੱਖੀਦਾ ਉਹਦੀਆਂ ਡਾਈਮੈਂਸ਼ਨਸ ਕੀ ਨੇ ਉਹਦੀ ਉਚਾਈ ਕਿੰਨੀ ਹੈ ਗਹਿਰਾਈ ਕਿੰਨੀ ਹੈ ਲੰਬਾਈ ਕਿੰਨੀ ਹੈ ਔਰ ਜਿਹੜੇ ਸਾਜ਼ ਹੁੰਦੇ ਨੇ ਇਹ ਕਾਬਿਲ ਗੌਰ ਹੁੰਦਾ ਹੈ ਕਿ ਜਦੋਂ ਕੋਈ ਵੀ ਸਾਜ਼ ਆਪਾਂ ਬਣਾਉਨੇ ਆ ਅੱਜਕੱਲ ਜਿਹੜੇ ਉਹ ਬਤਕਾਂ ਬਣਾ ਰਹੇ ਨੇ ਆ ਦੇਖੋ ਤਾਊਸ ਛੇਵੇਂ ਪਾਸ਼ਾ ਦੀ ਬਖਸ਼ਿਸ਼ ਕਹੀ ਜਾਂਦੀ ਆਪਣੇ ਪੈਰਾਂ ਤੇ ਖੜੇ ਹੁੰਦਾ ਹੈ ਬਿਲਕੁਲ ਠੀਕ ਔਰ ਐਰਗੋਨੋਮਿਕ ਹੁੰਦਾ ਹੈ ਕਿ ਆਜੇ ਹਿਸਾਸ ਹੈ ਇਹ ਹੱਥ ਦੇ ਹਿਸਾਬ ਨਾਲ ਦੇਖੋ ਜੀ ਜੀ ਅੱਧਾ ਸੋਨ ਜੀ ਸੋ ਐਰਗੋਨੋਮਿਕ ਇਸਨੂੰ ਮਤਲਬ ਜਿਵੇਂ ਹੱਥ ਬੰਦੇ ਦੇ ਹੱਥ ਦੇ ਉਹਦੇ ਬੜਾਂਗੇ ਦੇ ਹਿਸਾਬ ਨਾਲ ਬਣਦਾ ਉਸੇ ਤਰ੍ਹਾਂ ਗੱਜਾ ਗੱਜ ਮੇਰੇ ਹੱਥਾਂ ਦਾ ਡਿਜ਼ਾਈਨਡ ਹੈਗਾ ਇਹ ਇਹ ਨਿਕੋਲਾ ਗਲੀਨਾ ਇਟਲੀ ਦਾ ਬਹੁਤ ਵੱਡਾ ਦੁਨੀਆ ਦਾ ਬਣਾਉਣ ਵਾਲਾ ਹੁਣ ਆ ਦੇਖੋ ਗਜਾਂ ਦੀ ਜਿਹੜੀ ਬਣਤਰ ਹੈ ਹਾਂ ਆ ਦੇਖੋ ਅਤਿਕੋਣਾ ਟ੍ਰਾਇੰਗਲ ਬਣਿਆ ਕਿ ਨਹੀਂ ਇਹ ਮੇਰੇ ਮੇਰੇ ਬੜਾਂਗੇ ਦੇ ਹਿਸਾਬ ਨਾਲ ਇਹ ਸਾਜ਼ ਬਣੇ ਨੇ ਓਕੇ ਸੋ ਸਰੀਰ ਦੀ ਬੰਤਰ ਹੈ ਉਹਦੇ ਅਕੋਰਡਿੰਗ ਤੁਸੀਂ ਜਿਹੜੀ ਪ੍ਰਾਣੀ ਵਿਧੀ ਹੈ ਅੱਜ ਕੱਲ ਤਾਂ ਪ੍ਰੋਡਕਸ਼ਨ ਐ ਫੈਕਟਰੀ ਦੇ ਪਏ ਆ ਦੁਕਾਨਾਂ ਦੇ ਜੋ ਮਰਜੀ ਜਿਹੜਾ ਸਾ ਚੱਕੇ ਲਿਆਂਦਾ ਪੁਰਾਣੇ ਜਿਹੜੇ ਬਣਾਉਣ ਵਾਲੇ ਜਿਹੜੀ ਮੈਂ ਵਿਧੀ ਜਿਹੜੀ ਸਾਡੇ ਕੋਲ ਹੈ ਉਹ ਤੁਸੀਂ ਜੇ ਬਣਾਉਣਾ ਹੈ ਜਿਹੜੇ ਕੈਮਰਾਮੈਨ ਤੁਹਾਡੇ ਹੈਗੇ ਨੇ ਇਹਨਾਂ ਦੀ ਉਚਾਈ ਘਟਾ ਹੈ ਇਹਨਾਂ ਦੇ ਹੱਥ ਦੀ ਲੰਬਾਈ ਘੱਟ ਹੋਏਗੀ ਇਹਨਾਂ ਦੀ ਬਾਹਾਂ ਦੀ ਲੰਬਾਈ ਦਾ ਫਰਕ ਹੋਏਗਾ ਉਹਨਾਂ ਲਈ ਗੱਜ ਅੱਡ ਬਣੇਗਾ ਉਹਨਾਂ ਲਈ ਡਾਂਡ ਦਾ ਆਕਾਰ ਅੱਡ ਹੋਏਗਾ ਹਾਂ ਜੀ ਤੁਸੀਂ ਇਹ ਗੱਲ ਕਰ ਰਹੇ ਹੋ ਕਿ ਦਰਜੀ ਵਾਲਾ ਹਿਸਾਬ ਆ ਪਹਿਲਾਂ ਕੱਪੜੇ ਪੂਰੀ ਉਹਦੀ ਮਪਾਈ ਜਿਹੜੀ ਕਰਨੀ ਪੈਣੀ ਆ ਆਪਾਂ ਨੂੰ ਫੇਰ ਉਹਦੇ ਕੱਪੜੇ ਬਣਦੇ ਆ ਬਿਲਕੁਲ ਜੀ ਇਸ ਤਰ੍ਹਾਂ ਬਲ ਤੁਸੀਂ ਇਹ ਗੱਲ ਕਰ ਰਹੇ ਹੋ ਵੀ ਵਾਕਈ ਜੋ ਅੱਜ ਚੀਜ਼ਾਂ ਕਿਤੇ ਨਾ ਕਿਤੇ ਬਣ ਰਹੀਆਂ ਨੇ ਸਿਰਫ ਇੱਕ ਮਾਰਕੀਟ ਪਰਪਸ ਲਈ ਬਣ ਰਹੀਆਂ ਨੇ ਅਸਲੀਅਤ ਕਿਤੇ ਨਾ ਕਿਤੇ ਕੁਝ ਹੋਰ ਆ ਇਦਾਂ ਹੈ ਕਿ ਜਿਹੜੇ ਬਣਾ ਰਹੇ ਨੇ ਜੀ ਉਹਨਾਂ ਨੇ ਕਦੇ تعلیم ਨਹੀਂ ਲਈ ਕਿ ਬਣਾਈ ਦੇ ਕਿਵੇਂ ਜੀ ਜਿਹੜੇ ਸਖਾ ਰਹੇ ਨੇ ਉਹਨਾਂ ਨੇ ਵਜਾਣਾ ਕਦੇ ਸਿੱਖਿਆ ਨਹੀਂ ਤੇ ਜਿਹੜੀ ਨਵੀਂ ਪੀੜ੍ਹੀ ਹੈ ਉਹ ਹੱਲੇ ਗੁੰਮਰਾਹ ਹੀ ਹੋ ਰਹੀ ਹੈ ਹਨਗੇ ਜਿਨ੍ਹਾਂ ਨੂੰ ਕਿਉਂਕਿ ਬਹੋਸ਼ ਨੇ ਪੀੜ੍ਹੀ ਬਹੋਸ਼ ਹੈ ਜਿੱਦਾਂ ਜਿੱਦਾਂ ਉਹਨਾਂ ਨੂੰ ਪਤਾ ਲੱਗਦਾ ਫਿਰ ਉਹ ਜ਼ਾਹਿਰ ਹੈ ਉਹਨਾਂ ਨੂੰ ਚਾਹ ਹੁੰਦਾ ਹੈ ਕਿ ਅਸਲ ਤੇ ਅਸਲ ਵੀ ਮਿਲੇ ਨਕਲ ਤਾਂ ਨਕਲ ਹੁੰਦੀ ਹੈ ਫਿਰ ਦੂਰੋਂ ਦੇਖੀ ਹੋਈ ਚੀਜ਼ ਜਿਵੇਂ ਕਹਿੰਦੇ ਸੁਣ ਵੱਡਾ ਆਖੇ ਸਭ ਕੋਈ ਮਹਾਰਾਜ ਕਹਿੰਦੇ ਹੀ ਹੈ ਦੇਖਾ ਦੇਖੀ ਵਾਲਾ ਕੰਮ ਸੁਣਿਆ ਸੁਣਾਇਆ ਗਿਆਨ ਤਾਂ ਉਹੀ ਹੁੰਦਾ ਪਰ ਕੇਵੜ ਵੱਡਾ ਡਿਠਾ ਹੋਏ ਚੱਕ ਕੇ ਪਤਾ ਲੱਗਾ ਹੈ ਜਦੋਂ ਜਦੋਂ ਚੰਗਾ ਬੜਾ ਬੋਲਦਾ ਬੰਦਾ ਜਦੋਂ ਗੂੰਗਾ ਬਣ ਜਾਂਦਾ ਉਹ ਰਸ ਉਹ ਰਸ ਜਦੋਂ ਸ਼ਬਦ ਹੁੰਦਿਆਂ ਹੋਿਆਂ ਵੀ ਕਹਿ ਨਾ ਸਕੇ ਅਲਫਾਜ਼ ਨਾ ਨਿਕਲਣ ਉਹ ਅਦਭੁਤ ਰਸਤਾ ਫਿਰ ਜਾਣੇ ਆਈ ਪਤਾ ਲੱਗਦਾ ਸਿਆਣੇ ਪਤਾ ਲੱਗਦਾ ਆਪਾਂ ਗੱਲ ਕਰ ਰਹੇ ਸੀਗੇ ਜੀ ਨਾ ਤਾਂ ਅੱਜ ਕੱਲ ਜਿਹੜਾ ਸਖਾਰਿਆ ਪਹਿਲਾਂ ਕាល ਤਾਂ ਉਹਨਾਂ ਨੂੰ ਵਜਾਉਣ ਕੋ ਤਾਲੀਮ ਉਹਨੇ ਉਹ ਜੀ ਹਾਸਲ ਨਹੀਂ ਕੀਤੀ ਹੋਈ ਠੀਕ ਹੈ ਦੂਜੀ ਗੱਲ ਇਹ ਹੋਗੀ ਬਣਾਉਣ ਵਾਲੇ ਨੂੰ ਵੀ ਤਾਲੀਮ ਨਹੀਂ ਹੈਗੀ ਤੁਸੀਂ ਜਿਵੇਂ ਗੱਲ ਕਰ ਰਹੇ ਹੋ ਕਿ ਦਰਜੀ ਨੂੰ ਜਿਵੇਂ ਕੱਪੜੇ ਨੂੰ ਮਾਪ ਸਰੀਰ ਦੇ ਅਕੋਰਡਿੰਗ ਬਣਦਾ ਆ ਸੋ ਪਹਿਲਾਂ ਤਾਂ ਇਹ ਜਿਹੜਾ ਵਪਾਰੀ ਕਰਨਾ ਜਾਂ ਮੰਡੀ ਕਰਨ ਜੋ ਚੀਜ਼ਾਂ ਦਾ ਇਸ ਵਕਤ ਹੋ ਰਿਹਾ ਸਾਜ਼ਾਂ ਦਾ ਜਾਂ ਸੰਗੀਤ ਦਾ ਉਹਦੇ ਬਾਰੇ ਚਾਣਨਾ ਪਾਉ ਉਹਦੇ ਪਰ ਤੁਸੀਂ ਕੀ ਕਹਿਣਾ ਹੈ ਦੇਖੋ ਅ ਬੜਾ ਅਜੀਬ ਜਿਹਾ ਵੇਲਾ ਬਣ ਜਾਂਦਾ ਮੇਰੇ ਲਈ ਜੀ ਜੇ ਕਹੀਏ ਸੱਚ ਜੀ ਤੇ ਇਉਂ ਲੱਗਦਾ ਜਿਵੇਂ ਕਿਸੇ ਦੇ ਢਿੱਡ ਤੇ ਲੱਤ ਮਾਰ ਰਹੇ ਹਾਂ ਹਾਂ ਜੀ ਸੋ ਜੇ ਨਾ ਕਹੀਏ ਤੇ ਪਰੰਪਰਾ ਜਿਹੜੀ ਗੁਰਬਾਣੀ ਸੰਗੀਤ ਦੀ ਪਰੰਪਰਾ ਹੈ ਗੁਰਸੇ ਕੇ ਇਤਿਹਾਸ ਹੈ ਉਹ ਪ੍ਰਦੂਸ਼ਿਤ ਵੀ ਹੋ ਰਿਹਾ ਹੈ ਬਿਲਕੁਲ ਕਿ ਜਿਵੇਂ ਅੱਜ ਕੱਲ ਸਰੰਦਾ ਬੜਾ ਵਿਖਰਿਆ ਹੈ ਉਹਦਾ ਥੱਲੇ ਉਹ ਸਰੰਦੇ ਵਰਗੀ ਸ਼ਕਲ ਹੈ ਜੀ ਉਤੋਂ ਡਾਂਡ ਉਹਦੀ ਜਿਹੜੀ ਹੈ ਉਹ ਸਰੰਗੀ ਦੀ ਲਈ ਹੋਈ ਹੈ ਨਕਲ ਮਾਰ ਕੇ ਹੁਣ ਉਹ ਹਾਈਬ੍ਰਿਡ ਜਿਹੜਾ ਬਣਾਈਏ ਹਾਈਬ੍ਰਿਡ ਇੰਜਨ ਨਹੀਂ ਹੁੰਦੇ ਕਾਰਾਂ ਦੇ ਅੱਜ ਕੱਲ ਜਿਹੜਾ ਤੇਲ ਨਾਲ ਵੀ ਚੱਲਦਾ ਹੈ ਤੇ ਬੈਟਰੀ ਵੀ ਹੁੰਦੀ ਹੈ ਹਾਈਬ੍ਰਿਡ ਕਹਿੰਦਾ ਹੈ ਯਾਨੀ ਕਿ ਦੋ ਚੀਜ਼ਾਂ ਉਹ ਕਹਿੰਦੇ ਅੱਧਾ ਸਰੰਦੇ ਦਾ ਲੈ ਲਿਆ ਉਹ ਵੀ ਐਗਜ਼ੈਕਟ ਨਹੀਂ ਸਰੰਦਾ ਦੇਖਾ ਦੇਖੀ ਹੈ ਮਾੜਾ ਮੋਟਾ ਬਣਾਤਾ ਤੇ ਇੱਕ ਡਾਂਡ ਉਹਦੀ ਜਿਹੜਾ ਡਾਂਡ ਹੁੰਦੀ ਹੈ ਜਿਹੜਾ ਜਿੱਥੇ ਜਿੱਥੋਂ ਸੁਰ ਨਿਕਲਦੇ ਆ ਉਹ ਸਰੰਗੀ ਵਾਲੀ ਲੈ ਲਈ ਹੋ ਨਵਾਂ ਸਾਜ਼ ਹੁਣ 15 18 ਸਾਲ ਪਹਿਲਾਂ ਬਣਿਆ ਉਸੇ ਨੂੰ ਚੱਕ ਕੇ ਉਹਨੂੰ ਵੇਚਣ ਵਾਲੇ ਜਿਹੜੇ ਨੇ ਜਿਹੜੇ ਪੈਸੇ ਕਮਾ ਰਹੇ ਨੇ ਉਹ ਕਹਿੰਦੇ ਜੀ ਇਹ ਪੰਚਮ ਪਾਤਸ਼ਾਹ ਦਾ ਸਾਜ਼ ਹੈ ਮੈਂ ਜੇ ਕਹਾ ਕਿ ਹਾਂ ਵੀ ਬੈਂਕੇ ਭਾਈ ਇਹ ਤਾਂ ਤੁਸੀਂ ਝੂਠ ਇੰਨਾ ਝੂਠ ਨਾ ਬੋਲੋ ਭਾਈ ਕਿ ਪੰਚਮ ਪਾਸ਼ਾ ਤੇ ਤੁਸੀਂ ਬਣਾਇਆ ਹਾਈਬ੍ਰਿਡ ਤੁਸੀਂ ਬਣਾਇਆ 2004 5 ਨੂੰ ਤਿੰਨ ਨੂੰ ਦੋ ਨੂੰ ਜਦੋਂ ਵੀ ਬਣਾਇਆ ਤੇ ਤੁਸੀਂ ਕਹਿ ਰਹੋ ਕਿ ਪੰਚਮ ਪਿਤਾ 16ਵੀਂ ਸਤਾਬਦੀ ਚ ਵਜਾ ਰਹੇ ਸੀ ਇਹ ਤਾਂ ਥੋੜਾ ਜਿਆਦਾ ਨਹੀਂ ਹੋ ਰਿਹਾ ਸੋ ਜੇ ਅਸੀਂ ਕੁਝ ਕਹਿੰਨੇ ਆ ਤੇ ਇਹਨਾਂ ਦੀ ਰੋਜ਼ੀ ਰੋਟੀ ਤੇ ਓਬਵੀਅਸਲੀ ਅਸਰ ਹੁੰਦਾ ਹੈ ਇਹਨਾਂ ਤੇ ਇਲਜ਼ਾਮ ਵੀ ਲੱਗਦੇ ਨੇ ਆਹੀਂ ਹੁਣ ਇੱਕ ਬੰਨੇ ਹਰ ਹਰ ਕਰਦੇ ਆ ਹੈ ਜੀ ਕਿ ਕਿ ਜਿਤ ਗ੍ਰਹਿ ਗੁਣ ਗਾਉ ਤੇ ਹਰੀ ਕੇ ਗੁਣ ਗਾਉ ਤੇ ਜਾਂ ਹਰੀ RAM ਬੋਲੋ ਹਰੀ ਸਾਧੂ ਹਰੀ ਕੇ ਜਨ ਸਾਧੂ ਜਗਦੀ ਸਚਪੋ ਮਨ ਬਚਨ ਕਰ ਮਹਾਰੀ ਹਰੀ ਆਰਾਧੂ ਹਰੀ ਕੇ ਜਨ ਸਾਧੂ ਹਰੀ RAM ਬੋਲ ਹਰੀ RAM ਬੋਲ ਸਭ ਪਾਪ ਕੋ ਵਾਧੂ ਗੁਰੂ RAMਦਾਸ ਰਾਗ ਸਾਰੰਗ ਦੀ ਪੜਤਾਲ ਸੋ ਭਾਵੇਂ ਇੱਕ ਇੱਕ ਬੰਨੇ ਅਸੀਂ ਹਰ ਹਰ ਕਰਦੇ ਆਂ ਦੂਜੇ ਬੰਨੇ ਗਾਲ ਗਰੋਚ ਹੋਈਏ ਉਹ ਤਾਂ ਸਵਾਦ ਮੇਚਾ ਜਾਨੀ ਪੈਂਦਾ ਸੋ ਅਸੀਂ ਜਿਹਨੂੰ ਕਹਿੰਨੇ ਆ ਸਬਰ ਜਿਹਾ ਰੱਖਿਆ ਹੋਇਆ ਕਿ ਆਪਣਾ ਕੰਮ ਲਿਖੀ ਜਾ ਰਹੇ ਹਨ ਕਰ ਰਹੇ ਹਨ ਬੱਚਿਆਂ ਨੂੰ ਜਿਹੜੇ ਸਖਿਆਰਤੀ ਜੀ ਗਿਆਸੂ ਨੇ ਜਿਹਨਾਂ ਦਾ ਸੰਪਰਕ ਬਣਦਾ ਉਹਨਾਂ ਨੂੰ ਅਸੀਂ تعلیم ਵੀ ਦੇ ਰਹੇ ਹਾਂ ਭਾਵੇਂ ਉਹ ਸਾਜ਼ ਬਣਾਉਣ ਵਾਲੇ ਨੇ ਭਾਵੇਂ ਉਹ ਵਜਾਉਣ ਵਾਲੇ ਨੇ ਜਾਂ ਜੋ ਵੀ ਇੱਛਾ ਰੱਖਦੇ ਨੇ ਜਿੰਨੀ ਮੇਰੇ ਵੱਲੋਂ ਤਿਲਫੁਲ ਸੇਵਾ ਹੁੰਦੀ ਮੈਂ ਕਰ ਰਿਹਾ ਪਰ ਇਹ ਚਿੰਤਨ ਦਾ ਵਿਸ਼ਾ ਵੀ ਹੈ ਕਿ ਮੈਂ ਆਪ ਜੀ ਦੇ ਮਾਧਿਅਮ ਰਾਹੀਂ ਜਿਹੜੇ ਸਾਜ਼ ਬਣਾ ਰਹੇ ਹਨ ਉਹਨਾਂ ਨਾਲ ਜੇ ਮੈਂ ਰੂਬਰੂ ਹੋ ਸਕਾਂ ਜੇ ਆਗਿਆ ਹੋਵੇ ਤੇ ਮੈਂ ਇਹਨਾਂ ਕਹਿਣਾ ਚਾਹਾਂਗਾ ਕਿ ਭਾਈ ਕੋਈ ਵੀ ਅ ਸ਼ਖਸ ਉਹਨਾਂ ਉਹਦੀਆਂ 10 ਗੱਲਾਂ ਤੁਹਾਨੂੰ ਪਤਾ ਲੱਗਦੀਆਂ ਨੇ ਉਹਦੇ 'ਚੋਂ ਇੱਕ ਝੂਠੀ ਸਾਬਤ ਹੋ ਜੇ ਤੇ ਬਾਕੀ 9 ਜਿਹੜੇ ਸੱਚ ਹੁੰਦੇ ਉਹਨਾਂ ਤੇ ਸ਼ੱਕ ਪੈ ਜਾਂਦਾ ਸੋ ਜੇ ਤੁਸੀਂ ਸਾਜ਼ਾਂ ਦੇ ਨਾਂ ਤੇ ਉਹਨਾਂ ਨੂੰ ਬਣਾਉਣ ਦੇ ਉਹਨਾਂ ਨੂੰ ਵਜਾਉਣ ਦੇ ਬਾਬਤ ਝੂਠ ਬੋਲੋਗੇ ਤੇ ਜੇ ਫੜਿਆ ਜਾਵੇ ਤੇ ਗੁਰੂ ਇਤਿਹਾਸ ਬਾਰੇ ਜੇ ਤੁਸੀਂ ਝੂਠ ਬੋਲੋਗੇ ਤੇ ਜੇ ਗੈਰ ਸਿੱਖ ਅੱਖ ਜੇ ਫੜ ਲੈਂਦੀ ਹੈ ਤੇ ਸਾਡੇ ਸਾਰੇ ਗੁਰ ਇਤਿਹਾਸ ਤੇ ਸ਼ੱਕ ਕਰਨਗੇ ਉਹ ਮਜਬੂਰ ਹੋ ਜਾਣਗੇ ਸੋ ਇਹ ਗੱਲਾਂ ਸਿਰਫ ਵਿਕਰੀ ਕਰਨ ਦੀ ਕਿ ਮੈਂ ਜੋ ਰੋਜ਼ੀ ਰੋਟੀ ਕਮਾਉਣੀ ਆ ਜਾਂ ਤੁਸੀਂ ਜੋ ਕਮਾਉਣੀ ਹੈ ਇਹ ਬਹੁਤ ਛੋਟੀਆਂ ਗੱਲਾਂ ਰਹਿ ਜਾਂਦੀਆਂ ਨੇ ਖਿਲਵਾੜ ਕਰੋ ਆਪਣੇ ਆਪ ਨਾਲ ਖਿਲਵਾੜ ਕਰ ਲੋ ਉਹਦੇ ਚ ਮੈਨੂੰ ਕੀ ਆਪਤੀ ਹੈ ਜੀ ਠੀਕ ਹੈ ਨਾ ਗੁਰੂ ਇਤਿਹਾਸ ਨਾਲ ਗੁਰੂ ਘਰ ਦੀ ਵਿਦਿਆ ਪ੍ਰਣਾਲੀਆਂ ਦੇ ਨਾਲ ਖਿਲਵਾੜ ਨਹੀਂ ਹੋਣਾ ਚਾਹੀਦਾ ਤੁਸੀਂ ਜੇ ਨਵਾਂ ਕਰ ਰਹੇ ਹੋ ਕਰੋ ਜੀ ਪਰ ਉਸ ਨੂੰ ਕਹੋ ਕਿ ਇਹ ਨਵਾਂ ਨਵਾਇਆ ਇਹਨੂੰ ਗੁਰੂਆਂ ਦੇ ਨਾਂ ਤੇ ਨਾ ਵੇਚੋ ਤੁਸੀਂ ਆਪਣਾ ਕਹਿ ਕੇ ਵੇਚੋ ਤੁਹਾਨੂੰ ਕੋਈ ਨਹੀਂ ਕੋਈ ਕਹੇਗਾ ਜੇ ਤੁਸੀਂ ਸਪਸ਼ਟੀਕਰਨ ਕਰਦੇ ਹੋ ਕਿ ਜੀ ਮੇਰੀ ਚੀਜ਼ ਹੈ ਇਹ ਮੇਰੀ ਮੇਰੀ ਘੜੀ ਹੋਈ ਹੈ ਤੁਸੀਂ ਇਦਾਂ ਕਹਿ ਕੇ ਵੇਚੋ ਕਿ ਜੀ ਮੈਂ ਨਵਾਂ ਬਣਾਇਆ ਕਿਉਂਕਿ ਮੈਨੂੰ ਪਤਾ ਨਹੀਂ ਸੀ ਇਹਨੂੰ ਵਜਾਉਣਾ ਕਿੱਦਾਂ ਹੁੰਦਾ ਛੋਟੀ ਜੀ ਡਾਂਡ ਇਹਨੇ 4.5 ਇੰਚ ਦੀ ਸਰੰਦੇ ਦੀ ਡਾਂਡ ਹੈ ਮੈਨੂੰ ਵਜਾਉਣਾ ਨਹੀਂ ਆਉਂਦਾ ਤੇ ਉਹ ਤਾਂ ਪੜਦੇ ਦੇ ਬੜੀ ਨਾਲ ਉਹਦੀ ਤਾਰਾਂ ਚੱਲਦੀਆਂ ਤੰਦਾ ਮੈਨੂੰ ਵਜਾਉਣੀ ਨਹੀਂ ਆਉਂਦੀ ਲਿਹਾਜ਼ਾ ਮੈਂ ਸਰੰਗੀ ਵਜਾਉਣਾ ਤੇ ਮੈਂ ਉਹ ਸਰੰਗੀ ਦੀ ਡਾਂਡ ਉੱਤੇ ਲਾ ਕੇ ਉਹੀ ਚਾਜਿਆ ਸੀ ਕਿ ਸਰੰਦੇ ਵਰਗਾ ਲੱਗੇ ਇਹ ਤਾਂ ਕਹਿ ਲਓ ਤੁਹਾਨੂੰ ਲੋਕੀ ਪਿਆਰ ਹੀ ਕਰਨਗੇ ਤੁਹਾਨੂੰ ਤੁਹਾਡੀ ਮਜਬੂਰੀ ਤੇ ਕੋਈ ਸ਼ਿਕਾਇਤ ਨਹੀਂ ਕਰੇਗਾ ਪਰ ਜੇ ਤੁਸੀਂ ਉਸ ਨੂੰ ਕਹੋਗੇ ਕਿ ਗੁਰੂ ਅਰਜਨ ਇਸ ਨੂੰ ਵਜਾਉਂਦੇ ਸੀ ਪਰ ਅਸੀਂ ਦੁਚਿੱਤੀਚ ਪੈ ਗਏ ਨਾ ਸਾਨੂੰ ਅਸੀਂ ਅਜੀਬ ਜੇ ਦੁਰਾਹੇ ਤੇ ਜਾਂ ਕੁਰਾਹੇ ਤੇ ਅਸੀਂ ਕੌਮ ਆਪਣੇ ਆਪ ਨੂੰ ਪਾਉਂਦੀ ਹੈ ਦੇਖੋ ਕਿਤਨਾ ਕਿਤੇ ਪਹਿਲਾਂ ਹੀ ਇਹ ਜਿਹੜੀਆਂ ਕਿ ਹੋ ਰਹੀਆਂ ਨੇ ਇਤਿਹਾਸ ਨਾਲ ਛੇੜਛਾੜ ਹੋ ਰਹੀ ਹੈ ਹੁਣ ਸਾਜ਼ਾਂ ਦੇ ਨਾਲ ਵੀ ਹੋ ਰਹੀ ਆ ਆਪਾਂ ਕਹਿ ਦਈਏ ਸਾਡੇ ਉਹ ਸਾਜ਼ ਜਿਹੜੇ ਸਾਡੇ ਪੁਰਖੇ ਬਚਾਉਂਦੇ ਸੀ ਸਾਡੇ ਤੋਂ ਪਹਿਲਾਂ ਕਿ ਤਾਂ ਖੋਏ ਗਏ ਨੇ ਜਾਂ ਅਲੋਪ ਹੋ ਗਏ ਹੁਣ ਦੁਬਾਰਾ ਤੁਸੀਂ ਉਹਨਾਂ ਦਾ ਨਿਰਮਾਣ ਕੀਤਾ ਹੈ ਸਿਰਜਣ ਕੀਤਾ ਆ ਜਦੋਂ ਸਾਜ਼ ਪਹਿਲਾਂ ਬਣਾਇਆ ਤਾਂ ਚਮੜੇ ਦੀ ਚੋਣ ਬਾਰੇ ਤੁਹਾਨੂੰ ਕਿਵੇਂ ਪਤਾ ਲੱਗਿਆ ਜਾਂ ਤਾਰਾਂ ਕਿਵੇਂ ਕਰਨੀਆਂ ਨੇ ਉਹ ਸਾਰਾ ਤਜਰਬਾ ਸਾਡ ਨਾਲ ਸਾਂਝਾ ਕਰੋ ਕਿਉਂਕਿ ਉਹ ਉਹ ਜ਼ਰੂਰੀ ਹੈ ਆਪਾਂ ਕਹਦੀ ਵੀ ਉਹ ਤੁਸੀਂ ਕਹਿ ਰਹੇ ਹੋ ਵੀ ਉਹ ਇਹ ਉਹ ਸਾਜ਼ ਨੇ ਜਿਹੜੇ ਪ੍ਰਾਤਨ ਸੀ ਸੋ ਉਹ ਚੀਜ਼ਾਂ ਚੋਣ ਕਿਵੇਂ ਕੀਤੀਆਂ ਜਾਂਦੀ ਹੈ ਉਹਦੇ ਵਿੱਚ ਤੁਹਾਨੂੰ ਸ਼ਾਇਦ ਮੈਂ ਪਹਿਲਾਂ ਤਸਵੀਰ ਇੱਕ ਦਿਖਾਈ ਸੀ ਮੇਰੇ ਜਿਹੜੇ ਜਿਹਨਾਂ ਤੋਂ ਮੈਂ ਵਿਦਿਆਲੇ ਯਾਨੀ ਹਰਪਰਜਨ ਸਿੰਘ ਮਿਸਤਰੀ ਉਹਨਾਂ ਦਾ ਪਿੰਡ ਦਰਅਸਲ ਡਾਂਡੀਆਂ ਸੀ ਹਾਂਜੀ ਹੁਸ਼ਿਆਰਪੁਰ ਲਾਗੇ ਤੇ ਜੇਠੂਵਾਲ ਰਹਿੰਦੇ ਸਨ ਉੱਥੇ ਦੇ ਸਾਧੂ ਦੇ ਨਾਲ ਬੜੇ ਦਹਾਕੇ ਹੋ ਰਹੇ ਤੇ ਇਹਨਾਂ ਦੇ ਜਿਹੜੇ ਭਤੀਜੇ ਨੇ ਪ੍ਰੋਫੈਸਰ ਧਰਮ ਸਿੰਘ ਜਿਹਨਾਂ ਦਾ ਮੈਂ ਜ਼ਿਕਰ ਕੀਤਾ ਉਹਨਾਂ ਦੇ ਉਹਨਾਂ ਦੀ ਜਿਹੜੀ ਨੂੰਹ ਹੈ ਵੱਡੇ ਬੇਟੇ ਦੀ ਕਰੋ ਉਹ ਕੁਦਰਤੀ ਜਦੋਂ ਅਸੀਂ ਢਾਂਚੇ ਤਾਂ ਬਣਾ ਲੈ ਸਾਜਾਂ ਦੇ ਹੋਈ ਤਾਂ ਉਹਨੂੰ ਵਿਗਿਆਨੀਰ ਭਾਜੋ ਸੋਨੇ 1949 ਦੇ ਨਹੀਂ ਬਣਾਈ ਸੀ ਸੋ ਸਾਜਾਂ ਬਣਾਉਣ ਦੀ ਸਮਗਰੀ ਤਾਂ ਸੀ ਨਹੀਂ ਫਹੀ ਸੋਚਿਆ ਕਿ ਤਾਰਾ ਕਿੱਥੋਂ ਲਿਆਈਏ ਹੁਣ ਕੌਣ ਹੈ ਲਾਗੇ ਛਾਗੇ ਚਮੜਾ ਕਿਥੋਂ ਲਈ ਆਈਏ ਹੁਣ ਕਿਉਂਕਿ ਮੇਰੀ ਸੀ ਕਿ ਹੁਣ ਇਹਦਾ ਬਣ ਗਿਆ ਕਿ ਗਿਆਨੀ ਵਰਪਾਜਨ ਸਾਬ ਤੋਂ ਸਿੱਖ ਲਈਏ ਕਿ ਕਿਵੇਂ ਚਮੜਾ ਲਈਦਾ ਕਿਦਾਂ ਕਰੀਦਾ ਤੇ ਉਹ ਪ੍ਰੋਫੈਸਰ ਧਰਮ ਸਿੰਘ ਕਹਿਣ ਲੱਗੇ ਕਿ ਮੇਰੇ ਕੁੜਮ ਨੇ ਗਿਆਨੀ ਕ੍ਰਿਸ਼ਨ ਸਿੰਘ ਨਵਾ ਸ਼ਹਿਰ ਵਾਲੇ ਕਿ ਉਹ ਸਰੰਗੀਆਂ ਦੇ ਉਸਤਾਦ ਨੇ ਬਣਾਉਣ ਦੇ ਕਿ ਉਹਨਾਂ ਨੇ ਦੱਸਿਆ ਕਿ ਉਹ 6 ਕਿਸਮ ਦੀ ਸੰਗੀਆਂ ਬਣਾਉਂਦੇ ਉਹਨਾਂ ਦੇ ਕੋਲ ਗੁਰ ਨੇ ਤੇ ਉਹ ਹਨਗੇ ਵੀ ਵਿਦਵਾਨ ਤੇ ਨਿਰਮਲਿਆਂ ਦੇ ਅਖਾੜੇ ਚੋਂ ਸਿੱਖੇ ਹੋਏ ਨੇ ਸ਼ਾਸਤਰ ਸਾਰੇ ਪੜੇ ਹੋਏ ਨੇ ਬਾਣੀ ਦੇ ਉਹਨਾਂ ਨੇ ਸੰਥਿਆ ਕੀਤੀ ਹੈ ਸੋ ਬਹੁਤ ਬੜਾ ਚਾ ਚੜਿਆ ਮੈਂ ਕਹੇ ਉਹ ਜਿਹੜੇ ਬਜ਼ੁਰਗ ਜਿਹੜੇ ਕਿਰਤ ਵੀ ਕਰਦੇ ਆ ਤੇ ਬਾਣੀ ਦੇ ਅਭਿਆਸੀ ਵੀ ਨੇ ਇੱਕ ਵਿਸ਼ਰੀ ਜਾਣਦੇ ਆ ਹਫ਼ਤਾ ਉਹਨਾਂ ਨੂੰ ਸ਼ਾਸਤਰੀ ਯਾਦ ਨੇ ਮੈਂ ਕਹੇ ਤਾਂ ਖੂਬ ਰਹੇਗੀ ਸੋ ਅਸੀਂ ਫੇਰ ਮਾਲਪੁਰੋਂ ਅਸੀਂ ਡਰਾਈਵ ਕਰਕੇ ਸਾਹ ਜਿਹੜਾ ਢਾਂਚਾ ਬਣਿਆ ਸੀ ਹਾਊਸ ਦਾ ਉਹਨਾਂ ਕੋਲ ਅਸੀਂ ਗਏ ਨਵਾਂ ਸ਼ਹਿਰ ਲਬ ਦੇ ਲਬ ਦੇ ਤੇ ਉੱਥੇ ਜਾ ਕੇ ਫੇਰ ਉਹਨਾਂ ਕੋਲ ਕਿਉਂਕਿ ਸਰੰਗੀਆਂ ਦਾ ਰੋਜ਼ ਦਾ ਕੰਮ ਸੀ ਉਹ ਸਰੰਗੀ ਦੇ ਵਿੱਚ ਚਮੜੀ ਲਾ ਕੇ ਥੋੜੀ ਮੋਟੀ ਅੱਛਾ ਜੀ ਸੋ ਭਾਵੇਂ ਦਿਲਰੂਬਾ ਜਾਂ ਤਾਊਸ ਦੇ ਉੱਤੇ ਚਮੜੀ ਲੇਲੇ ਦੀ ਲੱਗਦੀ ਹੈ ਤੇ ਅਸੀਂ ਕਿਹਾ ਕਿ ਕੋਈ ਨਹੀਂ ਆਪਾਂ ਕਿਉਂਕਿ ਹਲੇ ਲਾ ਕੇ ਪਹਿਲੀ ਵਾਰ ਦੇਖਣੀ ਹੈ ਹਲੇ ਤਾਂ ਤਜਰਬਾ ਲੈਣਾ ਸੀ ਉਹਨਾਂ ਕੋਲ ਚਮੜੀ ਐਕਸਟਰਾ ਇੱਕ ਪਈ ਸੀ ਤੇ ਉਹ ਚਮੜੀ ਪਹਿਲੀ ਵਾਰ ਫਿਰ ਮੈਂ ਮਾਲਪੁਰ ਉੱਥੇ ਲਾਈ ਤੇ ਉਹਨਾਂ ਨੂੰ ਬੜਾ ਚਾ ਚੜਿਆ ਸਾਜਾਂ ਨੂੰ ਦੇਖ ਕੇ ਉਸ ਤੋਂ ਬਾਅਦ ਚ ਉਹਨਾਂ ਨੇ ਫਿਰ ਮੇਰੇ ਉਹ ਕੰਮ ਤੋਂ ਬਾਅਦ ਚ ਯਾਨੀ ਹਰਪ੍ਰੀਤ ਸਿੰਘ ਮਿਸਤਰੀ ਉਹਨਾਂ ਦੇ ਜਿਹੜੇ ਪਤੀਜੇ ਸਨ ਉਹਨਾਂ ਦਾ ਜਿਹੜਾ 2 ਤਾਊਸ ਅਸੀਂ ਬਣਾਏ ਸੀ ਉਹ ਕਹਿੰਦੇ ਇੱਕ ਮੇਰੇ ਕੋਲ ਛੱਡ ਜਾਓ ਇੱਕ ਤੁਸੀਂ ਲੈ ਜਾਓ ਉਹ ਤੋਂ ਦੇਖ ਕੇ ਫੇ ਉਹਨਾਂ ਨੇ ਹੁਣ ਤਾਊਸ ਉਹਨਾਂ ਨੇ ਵੀ ਬਣਾਣੇ ਸ਼ੁਰੂ ਕੀਤੇ ਬਾਅਦ ਰਬਾਬਾਂ ਤੇ ਸਰੰਦੇ ਵੀ ਉਹਨਾਂ ਨੇ ਬਣਾਏ ਨੇ ਸੋ ਮੈਨੂੰ ਚਮੜਾ ਉਥੋਂ ਮਿਲੇ ਤੰਦਾਂ ਤਾਰਾਂ ਵਗੈਰਾ ਫੇਰ ਮੈਂ ਦਿੱਲੀ ਆ ਕੇ ਲਾਈਆਂ ਮੇਰੇ ਜਿਹੜੇ ਕਜ਼ਿਨਸ ਨੇ ਲੱਗਦੇ ਨੇ ਭਾਰਤ 뮤직 ਹਾਊਸ ਵਾਲੇ ਮੇਰੇ ਦਾਦੀ ਵੱਲੋਂ ਦਾਦੀ ਦੇ ਪਤੀਜਿਆਂ ਦੀ ਉਹ ਹੈਗੀ ਐ ਲੜੀ ਉਥੋਂ ਫੇ ਅਸੀਂ ਤਾਰਾਂ ਵਗੈਰਾ ਲਈਆਂ ਸੋ ਇਸ ਤਰ੍ਹਾਂ ਬਣਿਆ ਤਾਰਾਂ ਤਾਰਾਂ ਵੀ ਚਮੜੇ ਦੇ ਹੀ ਬਣਦੀਆਂ ਨੇ ਸਾਰਾ ਮੈਟਲ ਦਿਆਂ ਵੀ ਨੇ ਤੇ ਤੰਦ ਵੀ ਹੈ ਜਿਵੇਂ ਆ ਤੰਦ ਹੈ ਆ ਜਿਹੜੀ ਤੰਦ ਹੈ ਮੀਮੋ ਪਰੂਫੋ ਬਹੁਤ ਹੀ ਵਿਦਵਾਨ ਇੰਜੀਨੀਅਰ ਸੀ ਪਹਿਲਾਂ ਤੇ ਜਿੱਦਾਂ ਮੈਂ ਸਾਜਾਂ ਨੂੰ ਬਣਾਉਣ ਖਾਤਰ ਆਖਰੀ ਬਜ਼ੁਰਗ ਲੱਭ ਲਿਆ ਸੀ ਉਹਨੂੰ ਬੜਾ ਚਾ ਚੜਿਆ ਕਿ ਤੰਦਾਂ ਦੀ ਬਣਾਉਣ ਦੀ ਇਟਲੀ ਚੋਂ ਉਹ ਰਵਾਇਤ ਯੂਰਪ ਚਿਕ ਤਕਰੀਬਨ ਖਤਮ ਹੋ ਰਹੀ ਸੀ ਤੇ ਉਹ ਲੱਭਦਾ ਲੱਭਦਾ ਇੱਕ ਬਜ਼ੁਰਗ ਨੂੰ ਮਿਲ ਪਿਆ ਉਹ ਵੀ ਅੱਛਾ ਜੀ ਨੇਪਲਸ ਸ਼ਹਿਰ ਦੇ ਵਿੱਚ ਜਿਹੜੇ ਤੰਦਾਂ ਬਣਾਉਣ ਦੇ ਉਸਤਾਦ ਸੀ ਸੋ ਉਹ ਇਨਾ ਵਿਦਵਾਨ ਤੰਦਾਂ ਬਣਾਉਣ ਦਾ ਉਸਤਾਦ ਹੈਗਾ ਕਿ ਵਿਚੈਂਸਾ ਦੇ ਵਿੱਚ ਉਹਦਾ ਉਹਦਾ ਉਹਦੀ ਫੈਕਟਰੀ ਹੈਗੀ ਹੈ ਕਿ ਉਹਦੇ ਕੋਲ 11ਵੀਂ 12ਵੀਂ ਸ਼ਤਾਬਦੀ ਤੋਂ ਲੈ ਕੇ ਪਿਛਲੀਆਂ 19ਵੀਂ ਸ਼ਤਾਬਦੀ ਤੱਕ ਦੀਆਂ ਰਸਦਾਂ ਨੇ ਕਿ ਤੰਦਾਂ ਬਣਦੀਆਂ ਕਿਦੀਆਂ ਸੀ ਮੱਛੀ ਦੀ ਬੱਕਰੇ ਦੀ ਲੇਲੇ ਦੀ ਗਾਂ ਦੀ ਮਤਲਬ ਜਿਹੜੇ ਵੀ ਜਾਨਵਰ ਦੀ ਅੰਤੜੀਆਂ ਤੋਂ ਬਣਦੀ ਹੈ ਤੰਦ ਤੰਦ ਜਿਹੜੀ ਤੰਦ ਜੋ ਆਪਣੀ ਤੰਦਾਂ ਕਹਿੰਦੇ ਆ ਅੰਤੜੀਆਂ ਤੋਂ ਸੋ ਉਹਦੇ ਕੋਲ ਰਸਮ ਹੈ ਬਣਾਉਣ ਦੀ ਤੇ ਉਹ ਆਈ ਥਿੰਕ ਮੇਰੇ ਖਿਆਲ ਨਾਲ ਦੁਨੀਆ ਦੇ ਜਿਹੜੇ ਚੰਦ ਲੋਗ ਨੇ ਜਿਹੜੇ ਤੰਦਾ ਬਣਾ ਰਹੇ ਨੇ ਬਹੁਤ ਹੀ ਉੱਚ ਕੋਟੀ ਦੀਆਂ ਉਹ ਤੰਦਾ ਮੈਂ ਫੇ ਮੈਨੂੰ ਮੇਰੇ ਲਈ ਵੀ ਉਹੀ ਬਣਾਉਂਦਾ ਕਿਉਂਕਿ ਉਹਦੀ ਜਿਹੜਾ ਉਹਦਾ ਜਿਹੜਾ ਪਿੱਛੇ ਉਹਦਾ ਉਹਦੀ ਰਿਸਰਚ ਹੈ ਉਹਦਾ ਉਹਦੇ ਕੋਲ ਜਿਹੜਾ ਵਿਗਿਆਨ ਹੈ ਉਹਦੇ ਕੋਲ ਜਿਹੜਾ ਚਿੰਤਨ ਹੈ ਜੀ ਉਹ ਉਦੋਂ ਮੈਂ ਵੀ ਉਹਦੇ ਮੈਂ ਵੀ ਬਲੇ ਹਰਿਆ ਮਲਦੀਪ ਜੀ ਜੇ ਅਸੀਂ ਗੱਲ ਕਰ ਰਹੀਏ ਸਾਜ਼ਾਂ ਦੀ ਆਪਾਂ ਗੱਲ ਕੀਤੀ ਸੀ ਕਿ ਕਿਤਨਾ ਕਿਤੇ ਅੱਜ ਵੀ ਵਿਕਰੀ ਦੇ ਨਾਂ ਨੂੰ ਵਰਤੇ ਜਾਂਦੇ ਨੇ ਜਾ ਬਹੁਤ ਘੱਟ ਲੋਕ ਨੇ ਜਿਹੜੇ ਪੁਰਾਤਨ ਚੀਜ਼ਾਂ ਨੂੰ ਅਸਲੀਅਤ ਜਿਹੜੀ ਜਾਣਦੇ ਨੇ ਸੋ ਤੁਸੀਂ ਫਾਊਂਡੇਸ਼ਨ ਚਲਾਉਂਦੇ ਹੋ ਉਹਦੇ ਵਿੱਚ ਜਦੋਂ ਅਜਿਹੇ ਸਟੂਡੈਂਟ ਆਉਂਦੇ ਨੇ ਜੋ ਵਾਕਈ ਪੁਰਾਤਨ ਚੀਜ਼ ਨਾਲ ਜੁੜਨਾ ਚਾਹੁੰਦੇ ਆ ਫਿਰ ਕਿੱਦਾਂ ਦਾ ਮਹਿਸੂਸ ਹੁੰਦਾ ਆ ਦੇਖੋ ਮਹਿਸੂਸ ਤਾਂ ਹੀ ਹੁੰਦਾ ਇੱਕ ਦਿਲਾਸਾ ਜੀ ਬਣਦੀ ਆ ਜਿਵੇਂ ਕਹਿੰਦੇ ਰਾਂਝਾ ਜਰਾਜੀ ਹੋ ਜਾਂਦਾ ਕਿ ਪੰਜਾਬ ਦੀ ਕੋਖ ਹਲੇ ਸੁੰਨੀ ਨਹੀਂ ਪਈ ਜੀ ਕਿ ਹੱਲੇ ਵੀ ਚਿੰਤਕ ਜਨਦਾ ਆ ਯਾਨੀ ਕਿ ਪੰਜਾਬ ਦੀ ਮਿੱਟੀ ਚਿੰਤਕ ਦਾ ਜਨਮ ਉਹਨੂੰ ਜਾਣਦੀ ਹੈ ਜੀ ਜੀ ਜਿਹੜੇ ਵਿਚਾਰੀ ਨੇ ਵਿਦਿਆ ਵਿਚਾਰੀ ਨੇ ਬੁੱਧ ਵਿਵੇਕੀ ਨੇ ਉਹ ਵੀ ਜਾਣਦੀ ਹੈ ਹਲੇ ਪੰਜਾਬ ਬੰਜਰ ਨਹੀਂ ਹੋਇਆ ਹਲੇ ਵੀ ਆਬਾਦ ਹੈ ਔਰ ਜਿੱਥੇ ਤੁਹਾਡਾ ਸਾਜ਼ਾ ਪ੍ਰਤੀ ਜਾਂ ਇਹਦੇ ਬਾਰੇ ਵੀ ਤੁਸੀਂ ਅਖਰ ਵਰਤਿਆ ਗੁਰਮਤ ਸੰਗੀਤ ਦਾ ਇਹਦੇ ਵਿੱਚ ਵੀ ਹੁਣ ਚਿੰਤਨ ਦੀ ਘਾਟ ਹੈ ਜੀ ਬਾਣੀ ਜਿਹੜਾ ਜੇ ਸੰਗੀਤ ਕਿਹਾ ਗਿਆ ਤਾਂ ਉਹਨੂੰ ਗੁਰਬਾਣੀ ਦੇ ਨਾਲ ਲਾ ਕੇ ਕਿਹਾ ਗਿਆ ਸੰਗੀਤ ਗੁਰਬਾਣੀ ਸੰਗੀਤ ਕਿਹਾ ਗਿਆ ਗੁਰਮਤ ਕੀ ਹੈ ਗੁਰੂ ਦੀ ਮਤ ਹੋਈ ਨਾ ਜੀ ਜੀ ਬਿਲਕੁਲ ਸੋ ਗੁਰੂ ਸਾਡਾ ਤਾਂ ਗੁਰੂ ਗ੍ਰੰਥ ਹੈ ਨਾ ਜੀ ਬਿਲਕੁਲ ਤੁਹਾਡੇ ਕੋਲ ਤਦ ਇਹ ਤੁਸੀਂ ਦੇਖਿਆ ਗੁਰੂ ਨਾਨਕ ਦਾ ਰਚਿਆ ਕੋਈ ਉਹਨਾਂ ਨੇ ਲਿਖਿਆ ਹੋਇਆ ਕਿ ਮੈਂ ਆ 19 ਰਾਗ ਗਾਏ ਨੇ ਤੇ ਆ 16 ਪ੍ਰਕਾਰ ਸੀ 35 ਰਾਗਾਂ ਚ ਮੈਂ ਗਾਉਂਆਂ ਤੇ ਇਹਦਾ ਸਾਰੇ ਗਾਵਾਂ ਪਾ ਇਦਾਂ ਇਹਦਾ ਗਾਗਾ ਰੇਗਾ ਮਾ ਇਦਾਂ ਇਸ ਰਾਗ ਦਾ ਪਧਾ ਨੀਦਾ ਪਾ ਇਦਾਂ ਕੋਈ ਗ੍ਰੰਥ ਤੁਸੀਂ ਤਾਂ ਨਹੀਂ ਦੇਖਿਆ ਨਾ ਮੈਂ ਦੇਖਿਆ ਉਹ ਗੁਰਬਾਣੀ ਚ ਉਹਨਾਂ ਦੇ ਰਾਗਾਂ ਦੇ ਸਿਰਲੇਖ ਮਿਲਦੇ ਨੇ ਸੋ ਸਾਨੂੰ ਕਿੱਥੋਂ ਪਤਾ ਲੱਗੇ ਕਿ ਗੁਰੂ ਨਾਨਕ ਦਾ ਮਤ ਕੀ ਸੀ ਸੰਗੀਤ ਦਾ ਜਾਂ ਗੁਰੂ ਅੰਗਦ ਦਾ ਜਾਂ ਗੁਰੂ ਅਮਰਦਾਸ ਦਾ ਗੁਰੂ ਰਾਮਦਾਸ ਦਾ ਗੁਰੂ ਅਰਜਨ ਦਾ ਗੁਰੂ ਤੇਗ ਬਹਾਦਰ ਦਾ ਜਾਂ ਜਿਹੜਾ ਸ਼ਲੋਕ ਦਸਵੇਂ ਪਾਤਸ਼ਾਹ ਦਾ ਅੰਕਤ ਹੈ ਸੋ ਗੁਰੂ ਦੀ ਮੱਤ ਸਾਨੂੰ ਕਿੰਨੀ ਕਹੀ ਹੈ ਕਿ ਜੇ ਰਾਗਾਂ ਦਾ ਸਰਲੇਖ ਹੈ ਜੀ ਹਾਂਜੀ ਪਰ ਰਾਗ ਸਰੂਪ ਕਿੱਥੋਂ ਲਿਆ ਜਿਹੜੀ ਮੇਰੀ ਮੁਹੱਬਤ ਦੀ ਲੜਾਈ ਹੈ ਸਪਸ਼ਟਿਕਰਣ ਦੀ ਕਿਉਂ ਤੁਸੀਂ ਯੂਨੀਵਰਸਿਟੀਆਂ ਜਿਹੜੀ ਹਿੰਦੁਸਤਾਨੀ ਸੰਗੀਤ ਦੇ ਰਾਗ ਭੇਦ ਨੇ ਉਹਨਾਂ ਦੀਆਂ ਕਿਤਾਬਾਂ ਚੋਂ ਬੀਏ ਐਮਏ ਦੀਆਂ ਕਿਤਾਬਾਂ ਚੋਂ ਲਿਆ ਕੇ ਤੇ ਤੁਸੀਂ ਬਣਾ ਕੇ ਗਾ ਰਹੇ ਹੋ ਜੀ ਤੇ ਗੁਰੂ ਮੱਤ ਕਿੱਥੋਂ ਆਇਆ ਇਹ ਤਾਂ ਯੂਨੀਵਰਸਿਟੀ ਮੱਤ ਹੋ ਗਿਆ ਜਾਂ ਹਿੰਦੁਸਤਾਨੀ ਸੰਗੀਤ ਮੱਤ ਹੋ ਗਿਆ ਹਾਂ ਇਹ ਫਰੇਬ ਇਹ ਇਹਨੂੰ ਠੁਕਣਾ ਚਾਹੀਦਾ ਹੈ ਦੂਜੀ ਗੱਲ ਕਿ ਬਾਬਾ ਫਰੀਦ 1173 ਦਾ ਜਨਮ ਹੈ ਜੀ ਬਿਲਕੁਲ ਭਗਤ ਜੈਦੇਵ 1170 ਦਾ ਜਨਮ ਹੈ ਸਭ ਤੋਂ ਪਹਿਲੇ ਆਥਰ ਨੇ ਗੁਰਬਾਣੀ ਦੇ ਪ੍ਰਥਮ ਪਿਤਾ ਦਾ 1469 ਦਾ ਜਨਮ ਹੈ ਜਾਨੀ ਕਿ 1170 12 13 14 300 ਸਾਲ ਛੋਟੇ ਨੇ ਉਮਰੋਂ ਅਸੀਂ ਭਗਤ ਜੈਦੇਵ ਨਾਲ ਜੁੜੇ ਆ ਬਦੌਲਤ ਗੁਰੂ ਨਾਨਕ ਦੇ ਪਰ ਤੁਸੀਂ ਕਦੇ ਇਹ ਅੰਦਾਜ਼ਾ ਲਾ ਸਕਦੇ ਹੋ ਕਿ ਕਦੇ ਗੁਰੂ ਨਾਨਕ ਨੇ ਵੀ ਕਿਹਾ ਹੋਵੇ ਕਿ हे ਭਗਤ ਜੈਦੇਵ ਕਿ ਜੋ ਤੂੰ ਗਾਵਿਆ ਹੁਣ ਮੇਰੇ ਅਨੁਸਾਰ ਰਾਗ ਤੂੰ ਗਾਏਗਾ ਆਪਣੇ ਉਸਾਰ ਰਾਗ ਨਾ ਗਾਏਗਾ ਇਹਦਾ ਕਦੇ ਹੋ ਸਕਦਾ ਨਹੀਂ ਹੋ ਸਕਦਾ ਉਹਨਾਂ ਨੇ ਕਿਤੇ ਕਿਹਾ ਹੋਵੇ ਬਾਬਾ ਸ਼ੇਖ ਫਰੀਦ ਨੂੰ ਕਿ ਸ਼ੇਖ ਫਰੀ ਜੀ ਤੁਸੀਂ ਨਾ ਸੁਹੀ ਇਦਾਂ ਦਾ ਗਾਓ ਇਦਾਂ ਆਸਾ ਨਾ ਗਾਓ ਮੈਨੂੰ ਨਹੀਂ ਚੰਗਾ ਲੱਗਦਾ ਤੁਸੀਂ ਇਦਾਂ ਕਰਕੇ ਗਾਓ ਜੀ ਜੀ ਕਦੇ ਅਸੀਂ ਤਸੱਵਰ ਹੀ ਨਹੀਂ ਕਰ ਸਕਦੇ ਜੇ ਮਹਾਰਾਜ ਜਿਨ੍ਹਾਂ ਨੇ ਇਨੀ ਮੁਹੱਬਤ ਨਾਲ ਭਗਤ ਬਾਣੀ ਨੂੰ ਸੂਫੀਆਂ ਪੀਰਾਂ ਦੀ ਬਾਣੀ ਨੂੰ ਗੁਰਸਿੱਖਾਂ ਦੀ ਬਾਣੀ ਨੂੰ ਸਤਾ ਬਲਵੰਡ ਭਟ ਜਿਹੜੇ ਨੇ ਇਹਨਾਂ ਸਾਰਿਆਂ ਨੂੰ ਅੰਕਿਤ ਕੀਤਾ ਬਾਣੀ 'ਚ ਮੁਹੱਬਤ ਚ ਪੁਰੋਇਆ ਨਾ ਸਾਡੇ ਸਾਨੂੰ ਉਹਨਾਂ ਨਾਲ ਜੋੜਿਆ ਅਸੀਂ ਕਿੱਥੋਂ ਜੁੜਨਤ ਕਰ ਸਕਦੇ ਆ ਕਿ ਅਸੀਂ ਆਪਣੇ ਰਾਗ ਯਾਨੀ ਕਿ ਬਲਦੀਪ ਮੱਤ ਮੈਂ ਬਣਾਵਾ ਤੇ ਮੈਂ ਕਹਾ ਬਾਬਾ ਫਰੀਦ ਤੂੰ ਵੀ ਇਦਾਂ ਹੀ ਗਾਜਦਾ ਮੈਂ ਕਹਿੰਨਾ ਸੋ ਗੁਰੂ ਮੱਤ ਜਿਹੜੀ ਹੈ ਉਹ ਦਸਾਂ ਗੁਰਾਂ ਦੀ ਮੱਤ ਹੋ ਸਕਦੀ ਹੈ ਉਹ ਸੂਫੀ ਭਗਤੀਆਂ ਦੀ ਮੱਤ ਨਹੀਂ ਹੋ ਸਕਦੀ ਉਹ ਭਗਤਾਂ ਦੀ ਮੱਤ ਨਹੀਂ ਹੋ ਸਕਦੀ ਹੁਣ ਭਗਤ ਨਾਮਦੇਵ ਮਹਾਰਾਸ਼ਟਰ ਚ ਹੈ ਬਿਲਕੁਲ ਭਗਤ ਰਵਿਦਾਸ ਤੇ ਕਬੀਰ ਕਾਸ਼ੀਵਾਲ ਹੈ ਹਾਂਜੀ ਧੰਨਾ ਜੱਟ ਕਿਤੇ ਹੋਰ ਐ ਸੈਨ ਨਾਹੀਂ ਕਿਤੇ ਹੋਰ ਐ ਭਗਤ ਪੀਪਾ ਕਿਤੇ ਹੋਰ ਐ ਉਹ ਹੁਣ ਕਿਹੜੇ ਕਿਹੜੇ ਮਥ ਸੀ ਉਹਨਾਂ ਦੇ ਹੁਣ ਭਗਤ ਰਾਮਾਨੰਦ ਚੇਨਈ ਦੇ ਇਲਾਕੇ ਹੋਂ ਐ ਬੰਦਾ ਪੁੱਛੇ ਕਿ 600 ਸਾਲ ਪਹਿਲਾਂ ਉਹ ਜੇ ਮਦਰਾਸ ਦੇ ਇਲਾਕੇ ਚ ਕਿਹੜਾ ਸੰਗੀਤ ਸੀ ਅੱਜ ਇਹ ਕਰਨਾਟਕ ਸੰਗੀਤ ਦਾ 250 ਸਾਲ ਪੁਰਾਣਾ ਜਿਹੜਾ ਅੱਜ ਦਾ ਰੂਪ ਐ ਉਹ ਆਪੇ ਕਹਿੰਦੇ ਨੇ ਪ੍ਰੋਫੈਸਰ ਰਾਮਨਾਥਨ ਉਹ ਪ੍ਰੋਫੈਸਰ ਐਸ ਆਰ ਜਾਨਕੀ ਰਵਨ ਹੋਂ ਪ੍ਰੋਫੈਸਰ ਟੀ ਵੀ ਆਰ ਸੰਕਰ ਨਾਰਾਣਨ ਹੋਂ ਵੱਡੇ ਵੱਡੇ ਜਿਹੜੇ ਵਿਦਵਾਨ ਨੇ ਉਸ ਦੁਨੀਆ ਦੇ ਹਾਂ ਉਹ ਵਿਦੂਸ਼ੀ ਅਰੋਨਾ ਸਾਇਰਾਮ ਹੋਵੇ ਹਾਂਜੀ ਬਾਲામੁਰਲੀ ਕ੍ਰਿਸ਼ਨਾ ਹੋਣ ਮੇਰੇ ਸਾਰੇ ਨਾਲ ਵਾਰਤਾ ਰਹੀ ਹੈ ਉਹ ਕਹਿੰਦੇ ਸਾਡਾ ਜਿਹੜਾ ਕਰਨਾਲ ਸਿੰਘ ਦਾ ਰੂਪ ਹੈ 250 ਸਾਲ ਪੁਰਾਣਾ ਜੀ ਤੇ ਗੁਰੂ ਸਾਹਿਬ ਉਹ 1469 ਤੋਂ 1539 ਤੱਕ ਜੀ ਉਸ ਵੇਲੇ ਜੇ ਮਾਰੂ ਦਖਣੀ ਮਹਾਰਾਜ ਨੇ ਗਾਇਆ ਆਸਾ ਦਖਣੀ ਗਾਇਆ ਜਾਂ ਰਾਮਕਲੀ ਦਖਣੀ ਗਾਇਆ ਜਿਹੜੇ ਵੀ ਦਖਣੀ ਰਾਗ ਨੇ ਗੌੜੀ ਦਖਣੀ ਗਾਇਆ ਜੀ ਉਹ ਦੱਖਣ ਦਾ ਸੰਗੀਤ ਕੀ ਸੀ ਉਦੋਂ ਦਾ ਗੁਰਨਾਨਕ ਦੇ ਕਾਲ ਦਾ ਕੋਈ ਬਾਬਾ ਤਾਂ ਉਦੋਂ ਗਾਇਆ ਤਾਂ ਈ ਸੌ ਸਾਲ ਪੁਰਾਣੇ ਰਾਗ ਸਰੂਪ ਨੂੰ ਤੁਸੀਂ ਕਹਿ ਰਹੇ ਹੋ ਜੀ ਗੁਰੂ ਉਹ ਅਸੀਂ ਗੋੜੀ ਦਖਣੀ ਜਈ ਏਦਾਂ ਗਾਵਾਂਗੇ ਜਿਹੜੀ ਆ ਹੁਣ गा ਰਹੇ ਨੇ ਇਹ ਯਾਨੀ ਕਿ ਸੈਮੈਂਟਿਕ ਪ੍ਰੀਸੀਜਨ ਜਾਂ ਅਕਾਦਮਿਕ ਅਕਾਦਮਿਕ ਇੰਟੈਗ੍ਰਿਟੀ ਦੀ ਗੱਲ ਮਨੂੰ ਦਿਖਦੀ ਆ ਹੁਣ ਭਗਤ ਰਾਮਾਨੰਦ 600 ਸਾਲ ਪਹਿਲਾਂ ਜਨਮੇ ਦਾ ਉੱਥੇ ਸੀ ਛੋਟੀ ਉਮਰ ਚ ਕਾਸ਼ੀ ਭੇਜਤੇ ਗਏ ਹੁਣ ਮੈਂ ਇਹਨਾਂ ਨੂੰ ਪੁੱਛਦਾ ਜਿਹੜੇ ਅੱਜ ਕੱਲ ਦੇ ਸੋ ਕਾਲਡ ਵਿਦਵਾਨ ਨੇ ਆਪਣੇ ਆਪ ਨੂੰ ਗੁਰਮਤ ਸੰਗੀਤ ਦੇ ਨਾਂ ਉੱਤੇ ਜਿਹੜਾ ਵਿਕਰੀਕਰਨ ਕਰ ਰਹੇ ਨੇ ਉਹ ਭਾਈ ਤੁਸੀਂ ਇਹ ਦੱਸੋ ਕਿ ਜੇ ਭਗਤ ਰਾਮਾਨੰਦ ਦਾ ਕਰਨਾਟਕ ਚ ਕਰਨਾਟਕ ਸੰਗੀਤ ਦੇ ਇਲਾਕੇ ਚ ਮਦਰਾਸ ਦੇ ਇਲਾਕੇ ਚ ਕਿਹੜਾ ਸੰਗੀਤ ਸਿੱਖੇ ਗਏ ਸੀ ਜਾਂ ਕਾਸ਼ੀ ਜਾ ਕੇ ਸਿੱਖੇ ਜੇ ਸਿੱਖੇ ਗਏ ਸੀ ਤਾਂ ਕੀ ਰੂਪ ਸੀ ਜੇ ਉਹਦੇ ਜਾ ਕੇ ਸਿੱਖੇ ਤਾਂ ਕਾਸ਼ੀ ਦਾ ਵੀ ਕੀ ਰੂਪ ਸੀ ਸੰਗੀਤ ਦਾ ਉਹਦਾ ਪ੍ਰਮਾਣ ਨਾ ਹਿੰਦੁਸਤਾਨੀ ਸੰਗੀਤ ਵਾਲੇ ਕੋਲ ਹੈ ਨਹੀਂ ਕਿ ਬਨਾਰਸ ਦਾ 600 ਸਾਲ ਪਹਿਲਾਂ ਸੰਗੀਤ ਕੀ ਸੀ ਕਿਸੇ ਨਿਕਾਸੀ ਕਿਸੇ ਸਵਾਲ ਇਹ ਨੇ ਹਾਂਜੀ ਤੇ ਇਹ ਲੋਗ ਇਹ ਭਰਮ ਕਰ ਰਹੇ ਨੇ ਸੋ ਇਸੇ ਕਰਕੇ ਗੁਰਬਾਣੀ ਏਕ ਓੰਕਾਰ ਸਤਨਾਮ ਤੋਂ ਲੈ ਕੇ 18 10 20 ਤੱਕ ਹੈ ਉਹਦੇ ਚ ਭਗਤਾਂ ਪੀਰਾਂ ਦੀ ਗੁਰਸਿੱਖੜਿਆਂ ਦੀ ਬਾਣੀ ਔਰ ਗੁਰੂਆਂ ਦੀ ਮਹਾਰਾਜ ਦੀ ਜਿਹੜੀ ਕਿਰਪਾ ਹੋਈ ਹੈ ਉਹਨਾਂ ਦਾ ਨਾਦ ਉਹਨਾਂ ਦਾ ਸ਼ਬਦ ਪੁਰੋਇਆ ਹੋਇਆ ਸੋ ਸਮੂਹ ਬਾਣੀ ਦਾ ਸੰਗੀਤ ਭਾਵੇਂ ਕੋਈ মত ਹੋਵੇ ਉਹ ਸਾਰਿਆਂ ਨੂੰ ਨਮਸਕਾਰ ਕਰਕੇ ਅਸੀਂ ਗੁਰਬਾਣੀ ਸੰਗੀਤ ਕਹਿੰਨੇ ਆ ਇੱਕ মত ਦੂਜਾ মত ਨਹੀਂ ਭਗਤ ਵੀ ਤਾਂ ਕਿੰਨੇ ਹੋਏ ਗੁਰੂ ਵੀ ਤਾਂ ਕਿੰਨੇ ਹੋਏ ਗੁਰੂ ਅਮਰਦਾਸ 10 ਸਾਲ ਛੋਟੇ ਨੇ ਹਾਂਜੀ ਹਾਂਜੀ ਗੁਰੂ ਨਾਨਕ ਤੋਂ ਪਰ ਕਦੇ ਮੇਲ ਨਹੀਂ ਹੋਇਆ ਨਾ ਆਪਸ ਤੇ ਹੁਣ ਪੁੱਛੇ ਕਿ ਗੁਰੂ ਅਮਰਦਾਸ ਨੇ ਤਾਂ ਸਾਰੇ ਤੀਰਥ ਦੇ ਕਿੰਨੇ ਇਸ਼ਨਾਨ ਕੀਤੇ ਉਕੇ ਤੋਕ ਤਾਂ ਸਕੇ ਸੀ ਸੰਗੀਤ ਕਿ ਉਹਨਾਂ ਦਾ ਮਤ ਗੁਰੂ ਨਾਨਕ ਦੇ ਸੰਗੀਤਕ ਮਤ ਨਾਲ ਉਹਨਾਂ ਨੇ ਗੁਰੂ ਨਾਨਕ ਨੇ ਜਿਹੜੀ ਰਾਮਕਲੀ ਗਾਈ ਦਖਣੀ ਓਮਕਾਰ ਗਾਇਆ ਸਿੱਧ ਗੋਸ਼ਟ ਗਾਈ ਤੇ ਗੁਰੂ ਅਮਰਦਾਸ ਦੀ ਰਾਮਕਲੀ ਆਨੰਦ ਦੇ ਵਿੱਚ ਜਦੋਂ ਆਨੰਦ ਗਾ ਰਹੇ ਨੇ ਉਹ ਰਾਮਕਲੀ ਚ ਕੋਈ ਭੇਦ ਸੀ ਜਾਂ ਇੱਕੋ ਸੀ ਕੀ ਉਹਨਾਂ ਦੇ ਰਾਹੀਂ ਉਹਨਾਂ ਦੇ ਵਿੱਚ ਬ੍ਰਿਜ ਸੀ ਗੁਰਵੰਗਦ ਕੋਈ ਕਨੈਕਸ਼ਨ ਸੀ ਕਿ ਵਿਦਵਾਨ ਫੁਰਕ ਸੀ ਕੋਈ ਸ਼ੱਕ ਨਹੀਂ ਉਹਨਾਂ ਦੀ ਪੜ ਲਓ ਤੁਸੀਂ उन्होंने देख लो जो अद्भुत कृपा करते हैं क्या तू असना च रही तेरी प्यास न जाए मतलब कुरबान जाइए कोई वार्ता दिखा दे हिंदुस्तानी संगीत वाले करनाटक संगीत वाले दिखा देन के मन कोई बैठा वार्ता कर रहा मन खड़ो के जरा ਭਜਦਾ ਫਿਰਦਾ ਐ ਇੱਕ ਵੇਲੇ ਇੱਥੇ ਇੱਕ ਵੇਲੇ ਉਹ ਜਿਵੇਂ ਆਰਫ ਹਾਕਮ ਸਿੰਘ ਕਹਿੰਦਾ ਨਾ ਕੌਣ ਪੌਣ ਤੇ ਤੇਜ ਦੂਜੀ ਕਵਤਾ ਜਵਾਬ ਦਿੰਦਾ ਕਿ ਮਨ ਪੌਣ ਤੇ ਤੇਜ ਕਿ ਆਕਾਸ਼ੀ ਹਵਾਵਾਂ ਨਾਲੋਂ ਵੀ ਤੇਜ ਆ ਮਨ ਆਹ ਵਾਲੀ ਹਵਾ ਨਹੀਂ ਇਹ ਤਾਂ ਤੁਰਦੀ ਐ ਤੇ ਹਟਦੀ ਐ ਸੂਰਜ ਦੀ ਲੋ ਦੀ ਹਵਾ ਦੇਖੋ ਕਿਵੇਂ ਕਿਵੇਂ ਵੇਗ ਚ ਜਾਂਦੀ ਐ ਸੋ ਉਸ ਨਾਲੋਂ ਵੀ ਤੇਜ ਆ ਮਨ ਉਸ ਨੂੰ ਵੀ ਠਹਿਰਾ ਦੇਣਾ ਬਿਲਕੁਲ ਇਹ 파ਰੇ ਨੂੰ ਸਕਾਉਣ ਤੋਂ ਵੀ ਔਖਾ ਪਾਰਾ ਤਾਂ ਸਾਇੰਸ ਨਾਲ ਸੁਖਾ ਲੈਂਦੇ ਨੇ ਪਰ ਮਨ ਨੂੰ ਸਥਿਰ ਕਰ ਲੈਣਾ ਮਨ ਨੂੰ ਮਨਾ ਲੈਣਾ ਕਵੀ ਸਾਹਿਬ ਕਹਿੰਦੇ ਨੇ ਕਿ ਅਬ ਮੋਹਿ ਰਾਮ ਅਪਨਾ ਕਰ ਜਾਣਿਆ ਹਾਂ ਰਾਮ ਅਪਨਾ ਕਰ ਜਾਣਿਆ ਅਬ ਮੋਹਿ ਰਾਮ ਆਪਣਾ ਕਰ ਜਾਨਿਆ ਸਹਿਜ ਸੁਭਾਏ ਮੇਰਾ ਹੁਣ ਸਹਿਜ ਸੁਭਾ ਹੈ ਸਹਿਜ ਸੁਭਾਏ ਮੇਰਾ ਮਨ ਮਾਨਿਆ ਅਬ ਮੋਹਿ ਰਾਮ ਉਨੂੰ ਸਹਿਜ ਸੁਭਾਅ ਕਰ ਦੇਣਾ ਉਹਦਾ ਮੰਨਦਾ ਤੇ ਮਨ ਵੀ ਕਹੇ ਕਿ ਹਾਂ ਮੈਂ ਹੁਣ ਮੰਨ ਲਈ ਗੱਲ ਅਨੰਦ ਆ ਰਿਹਾ ਬੜਾ ਅਨੰਦ ਆ ਰਿਹਾ ਤੁਸੀਂ ਤੁਸੀਂ ਸੋ ਕਾਲਡ ਬੁੱਧੀ ਜੀਵੀ ਦੀ ਗੱਲ ਕਰਦੇ ਹੋ ਬੁੱਧੀ ਜੀਵੀ ਤੁਸੀਂ ਸੋ ਕਾਲਡ ਦੀ ਗੱਲ ਕਰਦੇ ਆ ਅੱਜ ਕੱਲ ਦੀ ਜੇ ਮੈਂ ਕਰ ਗੱਲ ਕਰਾਂ ਰਿਸਰਚ ਹੁੰਦੀ ਕਿਤਨਾ ਕਿਤੇ ਖੋਜਿਆਰਥੀ ਜਿਹੜੇ ਨੇ ਉਹ ਸਕਾਲਰ ਇਸ ਚੀਜ਼ ਵੱਲ ਜਾਂਦੇ ਨੇ ਸਾਜ ਬਾਹਰ ਲਿਆਉਂਦੇ ਨੇ ਜਾਂ ਰਾਗਾ ਬਾਰੇ ਸਰਚ ਕਰਦੇ ਨੇ ਪਰ ਚਿੰਤਨ ਦੀ ਕਮੀ ਆ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਆ ਕਿ ਸਿਰਫ ਉਤਾਰੇ ਹੋ ਰਹੇ ਨੇ ਸੋ ਇਹ ਚੀਜ਼ਾਂ ਬਾਰੇ ਤੁਸੀਂ ਕੀ ਕਹਿ ਰਹੇ ਹੋ ਕਿਉਂ ਪਟਕ ਕਿਉਂ ਰਹੇ ਨੇ ਅਸਲ ਦੇ ਵਿੱਚ ਪਟਕੇ ਕਿਵੇਂ ਆ ਦੇਖੋ ਪੰਜਾਬ ਮੁਹੱਬਤ ਕਰਕੇ ਜਾਣਿਆ ਜਾਂਦਾ ਹੈ ਹਾਂ ਅ ਲੋਕੀ ਮੈਂ ਯਾਗਿਆ ਹੋਵੇ ਇੱਕ ਮੈਨੂੰ ਵਾਕਿਆ ਯਾਦ ਆ ਗਿਆ ਹੈ 1900 ਅਮ uh, 15 1900 ਨੀ ਚੋਡਾਉਣੀ ਦੀ ਜਿਹੜੀ ਪਹਿਲਾ ਵਿਸ਼ਵ ਯੁੱਧਾ ਹੈ ਉਹਦੀ ਉਹਦਾ 100 ਸਾਲਾ ਮਨਾਣ ਖਾਤਰ ਤੇ ਗੁਰਸਿੱਖ ਫੌਜਾਂ ਦੀ ਜਿਹੜੀ ਕੰਟ੍ਰਿਬਿਊਸ਼ਨ ਸੀ ਇਟਲੀ ਨੂੰ ਮੁਕਤ ਕਰਾਉਣ ਚ ਉਹਦੇ ਬਾਬਤ ਰੋਮ ਵਿੱਚ ਦੋ ਤਿੰਨ ਸਾਲ ਹੋਏ ਨੇ ਸਮਾਗਮ ਕੀਤਾ ਗਿਆ ਜਿੱਥੇ ਮੈਨੂੰ ਕਿਹਾ ਗਿਆ ਕਿ ਤੁਸੀਂ ਆਓ ਤੇ ਕੁਝ ਸੁਣਾਓ ਤੇ ਕੁਝ ਗੱਲ ਕਰੋ ਤੇ ਮੈਂ ਹੈਰਾਨ ਸੀ ਉੱਥੇ ਜਦੋਂ ਮੈਂ ਜਿਹੜੀ ਸਭ ਤੋਂ ਪਹਿਲੀ ਲਾਇਬ੍ਰੇਰੀ ਦੁਨੀਆ ਦੀ ਪਬਲਿਕ ਬਣਾਈ ਗਈ 1600ਾਂ ਦੇ ਵਿੱਚ ਜੀ ਅੱਜ ਤੋਂ 400 ਸਾਲ ਪਹਿਲਾਂ ਉਹਦੇ ਵਿੱਚ ਉਹ ਪੁਰਾਣੀਆਂ ਕਿਤਾਬਾਂ ਦੇ ਵਿੱਚ ਬਹਿ ਕੇ ਮੈਂ ਗਾਵਿਆ ਤੇ ਮੈਂ ਪਹਿਲਾਂ ਕਿਹਾ ਮੈਂ ਕਹਾਂ ਜੀ ਮੈਂ ਥੋੜਾ ਆੜੇ ਜੇ ਕਿਸਮ ਦਾ ਸਿੱਖ ਹਾਂ ਤੁਸੀਂ ਮਣਾ ਰਹੇ ਹੋ ਉਹਨਾਂ ਸਿੱਖਾਂ ਦੀ ਕੰਟਰੀਬਿਊਸ਼ਨ ਜਿਨ੍ਹਾਂ ਨੇ ਅੰਗਰੇਜ਼ਾਂ ਲਈ ਜੰਗ ਲੜਿਆ ਤੇ ਮੈਂ ਉਹਨਾਂ ਦੀ ਨੁਮਾਇੰਦਗੀ ਕਰਦਾ ਅੱਜ ਦੇ ਕਾਲ ਚ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਨਾਲ ਲੜਿਆ ਸੋ ਤੁਸੀਂ ਮੈਂ ਕਿਹਾ ਥੋੜਾ ਜਿਹਾ ਫਰਕ ਚ ਆਇਆ ਕਿ ਤੁਸੀਂ ਮੈਨੂੰ ਸੱਦਿਆ ਤੇ ਉਹ ਕਹਿੰਦੇ ਜੀ ਸ਼ਹੀਦ ਤਾਂ ਕਹਿੰਦੇ ਅੱਜ ਕੱਲ੍ਹ ਹਲਕਾਇਦਾ ਵਾਲੇ ਵੀ ਨੇ ਤੇ ਤਾਲਿਬਾਨ ਵਾਲੇ ਵੀ ਤੇ ਉਹ ਆਈਐਸ ਵਾਲੇ ਵੀ ਜੀ 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 ਹਾਂ ਜੀ ਬੜੇ ਸ਼ਹੀਦਾ ਸ਼ਹੀਦ ਦਾ ਕਾਂਸੈਪਟ ਕਹਿੰਦੇ ਬਦਨਾਮ ਜਾ ਹੋਇਆ ਪਰ ਕਹਿੰਦੇ ਸਿੱਖ ਵੀ ਬੜੇ ਯੋਧੇ ਰਹੇ ਨੇ ਜੀ ਤੁਹਾਡੇ ਉਹ ਕੀ ਕਨਸੈਪਟ ਹੈ ਕਿ ਉਦਾਂ ਦਾ ਹੀ ਇਹ ਸ਼ਹੀਦ ਦਾ ਮੈਂ ਕਹਿੰਦਾ ਨਹੀਂ ਜੀ ਸਾਡਾ ਅੱਡਾ ਹੈ ਅਸੀਂ ਜਿਹੜੇ ਪੰਜਾਬੀ ਆਂ ਸਾਨੂੰ ਗੁਰੂਆਂ ਨੇ ਕੁਝ ਹੋਰ ਦਿੱਤਾ ਉਹ ਮੈਂ ਕਹਿਆ ਮਰਦੇ ਨੇ ਜਾਨ ਦਿੰਦੇ ਨੇ ਕਿਸੇ ਜੰਨਤ ਲਈ ਬਿਲਕੁਲ ਜਿੱਥੇ ਨਦੀਆਂ ਵਹਿੰਦੀਆਂ ਨੇ ਤੇ ਹੂਰਾਂ ਹੀ ਹੁੰਦੀਆਂ ਨੇ ਉਹ ਗੱਲ ਉਹਨਾਂ ਦਾ ਤਸੱਵੁਰ ਹੈ ਇੱਕ ਜੰਨਤ ਦਾ ਤੇ ਮੈਂ ਕਹਿੰਦਾ ਅਸੀਂ ਜਿਹੜੇ ਸਰਦਾਰ ਲੋਗ ਆਂ ਪੰਜਾਬ ਦੇ ਅਹੀਂ ਥੋੜੇ ਸਿੱਧੇ ਸਾਦੇ ਹੁੰਨੇ ਆਂ ਅਹੀਂ ਅਹੀਂ ਕਹਿੰਦੇ ਸਾਡੀ ਜੰਨਤ ਇਹੀ ਹੈ ਅਹੀਂ ਤਾਂ ਕਹਿੰਦੇ ਜੀ ਹੁਣ ਤਾਂ ਦੂਰਬੀਨਾ ਲਾਲ ਆ ਤੁਸੀਂ ਵੀ ਦੇਖ ਲਿਆ ਕਿਤੇ ਦੁਨੀਆ ਹੋਰ ਜੰਨਤ ਤਾਂ ਦਿਹੀ ਨਹੀਂ ਇਹੀ ਹੈ ਜਿਹੜਾ ਆਕਾਸ਼ਾਂ ਚ ਤੁਰਦੀ ਉਡਾਰੀਆਂ ਮਾਰਦੀ ਸੂਰਜ ਦੇ ਅਰਦ ਗਿਰਦ ਹਾਂਜੀ ਜਾਂਦੀ ਅਹੀਂ ਮੈਂ ਕਹਾ ਜੰਨਤ ਜਿਹੜੀ ਦਿਂਦੀ ਆ ਨਾ ਜਿੱਥੇ ਤਹਾਂ ਬੈਕੌਂਡ ਜੇ ਕੀਰਤਨ ਤੇਰਾ ਜੀ ਬਾਬਾ ਸਾਨੂੰ ਆ ਪਾਠ ਪੜਾ ਆ ਗਿਆ ਕਿ ਬੈਕੌਂਡ ਇੱਥੇ ਹੀ ਹੈ ਜਿੱਥੇ ਅਸੀਂ ਜਿੱਥੇ ਅਕਾਲ ਪੁਰਖ ਧਿਆਸ ਅਖਦੇ ਆ ਹੈ ਬਿਲਕੁਲ ਤੇ ਪੂਜਾ ਅਕਾਲ ਕੀ ਕਰ ਸਕੀਏ ਪਰਚਾ ਸ਼ਬਦ ਦਾ ਪੜ ਸਕੀਏ ਤੇ ਸੇਵਾ ਜਿਹੜਾ ਹੈ ਵੰਡ ਖਾ ਸਕੀਏ ਹੈ ਖੰਡ ਖਾ ਸਕੀਏ ਰਸ ਜਿਹੜਾ ਹੈ ਨੌ ਰਸ ਅਸੀਂ ਭੋਗ ਸਕੀਏ ਸਾਡੇ ਲਈ ਤਾਂ ਹੀ ਜੰਨਤ ਹੈ ਜਿੱਥੇ ਸਨੇਹ ਜੋ ਮਾਂ ਦਾ ਮਮਤਾ ਦਾ ਪਿਓ ਦਾ ਪਰਿਵਾਰ ਦਾ ਉਹ ਅਸੀਂ ਇੱਥੇ ਮੰਨਿਆ ਨਾ ਅਸੀਂ ਇਸ ਦੁਨੀਆ ਨੂੰ ਬਚਾਉਣ ਖਾਤਰ ਅਸੀਂ ਆਪਣੀਆਂ ਜਾਨਾਂ ਵਾਰਦੇ ਹਾਂ ਇਸ ਕਰਕੇ ਸ਼ਾਇਦ ਸਾਡਾ ਦਮ ਦੋ ਕੁ ਪਲ ਬਾਅਦ ਚ ਗੁਰਦਾ ਤੇ ਸਾਨੂੰ ਕਸ਼ਿਸ਼ ਇਹ ਵਰਤਮਾਨ ਬਚਾਉਣ ਦੀ ਹੁੰਦੀ ਹੈ ਉਹ ਬੜੇ ਹੈਰਾਨ ਹੋ ਗਏ ਮੈਨੂੰ ਇਹ ਕਸ਼ਿਸ਼ ਇਹ ਮੁਹੱਬਤ ਅ ਵਿਰਸੇ ਨਾਲ ਗੁਰ ਇਤਿਹਾਸ ਨਾਲ ਸੱਚ ਨਾਲ ਤੇ ਜਿਗਿਆਸਾ ਨਾਲ ਘਟ ਦਿਖਦੀ ਹੈ ਲੋਕਾਂ ਚ ਉਹ ਪੰਜਾਬ ਦੀ ਤਵਾਰੀਖ ਨਾਲ ਵਾਕਫ ਨਹੀਂ ਹਨਗੇ ਕਿ ਜੂਠਾ ਖਾਣਾ ਲਾਨਤ ਮੰਨਦੇ ਸੀ ਬਿਲਕੁਲ ਜੀ ਹੈ ਝੂਠ ਹੋ ਨਹੀਂ ਹੁੰਦੀ ਕਿ ਵੰਡ ਕੇ ਆਪਾਂ ਇੱਕੋ ਪ੍ਰਾਤ ਚੋ ਖਾ ਰਹੇ ਹਾਂ ਉਹ ਝੂਠਾ ਨਹੀਂ ਹੁੰਦਾ ਸਾਨੂੰ ਮਹਾਰਾਜ ਨੇ ਪਿਆਲਾ ਇੱਕੋ ਚੋ ਅੰਮ੍ਰਿਤ ਸ਼ਕਾਇਆ ਸਾਨੂੰ ਬਾਣ ਕਰਾਇਆ ਇੱਕੋ ਗਿਆਨ ਇੱਕੋ ਇੱਕੋ ਜਿੰਦ ਚੋ ਸਾਨੂੰ ਗਿਆਨ ਵੰਡ ਰਹੇ ਨੇ ਸਾਡੇ ਉਹ ਭਰਮ ਤੋੜ ਚੁੱਕੇ ਨੇ ਝੂਠ ਹੁੰਦਾ ਜਿਹੜਾ ਪਰਾਇਆ ਹੋਵੇ ਜੀ ਕਿਸੇ ਦਾ ਖੋਣਾ ਨਹੀਂ ਕਿਸੇ ਦਾ ਚੁਰਾਉਣਾ ਨਹੀਂ ਆਪ ਦਾ ਕੰਮ ਹੋਵੇ ਆਪਣੇ ਬਲਬੂਤੇ ਤੇ ਹੋਵੇ ਇਹ ਥੋੜੀ ਕਸਰ ਮੈਂ ਦੇਖ ਰਿਹਾ ਹਾਂ ਕੇ ਲੋਗ ਕਾਲੇ ਨੇ ਜਲ ਠਹਿਰੇ ਨਹੀਂ ਹੋਏ ਤੇ ਸੁੱਛਤਾ ਦੀ ਕਮੀ ਹੈ ਆਪਣਾ ਕਮਾ ਕੇ ਖਾਣ ਵਾਲੇ ਜਿਹੜੇ ਨੇ ਉਹਨਾਂ ਦੀ ਕਾਟ ਹੈਗੇ ਨੇ ਮੈਂ ਵੀ ਉਹਨਾਂ ਦੀ ਕਤਾਰ ਚੋਂ ਆ ਜਿਹੜੇ ਹੈਗੇ ਨੇ ਲੇਕਿਨ ਜੋ ਯੂਨੀਵਰਸਟੀਆਂ ਦੇ ਵਿੱਚ ਇੰਸਟੀਚੂਨਸ ਦੇ ਵਿੱਚ ਜੋ ਖਾਸ ਕਰਕੇ ਜਿਵੇਂ ਮੈਂ ਗੁਰਮਤ ਸੰਗੀਤ ਦਾ ਵਕਫਾ ਹੀ ਨਹੀਂ ਲੋਕਾਂ ਨੇ ਜਾਣਿਆ ਯੋ ਨੂੰ ਤੁਸੀਂ ਗੁਰੂ ਦੇ ਮਤ ਦਾ ਸੰਗੀਤ ਕਹਿ ਕੇ ਭਗਤ ਮਤ ਨੂੰ ਹਟਾ ਰਹੇ ਹੋ ਤੁਸੀਂ ਪੀਰਾਂ ਦੀ ਮਤ ਨੂੰ ਹਟਾ ਰਹੇ ਹੋ ਸੰਗੀਤਕ ਜੀ ਜੀ ਤੇ ਤੁਸੀਂ ਫਿਰ ਅਰਥਬੋਧ ਕਰੋਗੇ ਤਾਂ ਫਿਰ ਤੁਸੀਂ ਕਹੋਗੇ ਕਿ ਸਿਰਫ ਗਿਆਨ ਗੁਰੂਆਂ ਦਾ ਗਿਆਨ ਲਓ ਹੁਣ ਤੁਸੀਂ ਸੁਹਾਗਣ ਅੱਖਰ ਹੈ ਮਹਾਰਾਜ ਕਹਿੰਦੇ ਕਿ ਨਾਨਕ ਸਦਾ ਸੁਹਾਗਣੀ ਜਿਨ ਜੋਤੀ ਜੋਤ ਸਮਾਇ ਹੈ ਹੈ ਕਬੀਰ ਨੇ ਵੀ ਤਾਂ ਸੁਹਾਗਣ ਦਾ ਕਨਸੈਪਟ ਵਰਤਿਆ ਨਾ ਫਰੀਦ ਨੇ ਵੀ ਵਰਤਿਆ ਜੀ ਜੀ ਤੇ ਫਰਕ ਕੀ ਹੈ ਇਸੇ ਕਰਕੇ ਤਾਂ ਬਾਬੇ ਨੇ ਇੱਕੋ ਜਲ ਵਿੱਚ ਬੱਝਿਆ ਕੋਈ ਫਰਕ ਹੀ ਹੈ ਨਹੀਂ ਮਾਤ ਇੱਕ ਹੈ ਕਿ 24 ਭਾਸ਼ਾਵਾਂ ਵਿੱਚ 120 ਉਪ ਭਾਸ਼ਾਵਾਂਾਂ ਜੀ ਉਹ ਇੱਕ ਜਲ ਵਿੱਚ ਬਣਿਆ ਜੋ ਸਿੱਖ ਜੜਾ ਉਸ ਪੰਜਾਬੀ ਪੰਜਾਬੀ ਕਰ ਰਿਹਾ ਹੈ ਕੁਜਾਮਦ ਕੁਜਾ ਰਫਤੀ ਕੁਜਾ ਮੇ ਤਾਂ ਅਰਬੀ ਹੈ ਫਾਰਸੀ ਹੈ ਨਾ ਅਰਬੀ ਹੈ ਜੀ ਹੈ ਕੁਦੁਨੀਆ ਕਾਇਸੀ ਮੁਕਾਮ ਹੈ ਫਾਰਸੀ ਹੋ ਗਈ गगन मैथाल रविचंद दीपक बने तार एक मंडल जनक मोती धूप मले आन लो पवन चवरो करे सगल बन राए फुलन ते ज्योति कैसी आरती होए बपकंड ना तेरी आरती अनहता शब्द वाजंत भेरी सहसतव नयनन न न रहे तो एको सहस मूरत न नायक तो ही सहस पद विवलन नायक पद गंद बिन सहसतव गंद विचला तो मुही सब महजोती जो ए मैथली है पंजाबी तो है ही नहीं जी ते आज पंजाबी पंजाबी कर रहे आज जे सिख आज जे पंजाबी कहे के assi waras ha ਇਨੀਆਂ ਭਾਸ਼ਾਵਾਂਾਂ ਦੇ ਇਨੀਆਂ ਉਪਭਾਸ਼ਾਵਾਂਾਂ ਦੇ ਬ੍ਰਜ ਦੇ ਜੀ ਹੂੰ ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤਿ ਉਬਾਰ ਗਨੀ ਮਨ ਗਾਰੈ ਹਾਂ ਜਾਂ ਅੰਤ ਨ ਪਾਵਤ ਦੇਵ ਸਰਬੈ ਮਨ ਇੰਦਰ ਮਹਾ ਸ਼ਿਵ ਜੋਗ ਕਰੀ ਹਾਂਜੀ ਇਹ ਇਨੀਆਂ ਭਾਖਾਂ ਦਾ ਵਾਰਿਸ ਹੈ ਜੇ ਅੱਜ ਵਤਨ ਦੇ ਵਿੱਚ ਦੁਨੀਆ ਦੇ ਵਿੱਚ ਖੜਾ ਹੋ ਕੇ ਕਹੇ ਕਿ ਜੀ ਕੱਲੀ ਪੰਜਾਬੀ ਨਹੀਂ ਸਾਡਾ ਐਲਾਨ ਕਰੀ ਸਾਡੀ ਲੋੜ ਹੈ ਜੀ ਸਾਡੇ ਮਹਾਰਾਜ ਨੇ ਆਜ ਇਨੀਆਂ ਭਾਖਾਂ ਵਿੱਚ ਝੋਲੀ ਪਾਈ ਇਹ ਸਾਨੂੰ ਆ ਸਿਖਾਓ ਸਾਡੇ ਸਕੂਲਾਂ ਚ ਮੋਹਿਆ ਕਰਾਓ ਸਾਰਿਆਂ ਦੇ ਉਸਤਾਦ ਲਾਓ ਕਿਉਂਕਿ ਅਸੀਂ ਆ ਸਿੱਖਣੀ ਆ ਸੰਨ ਤਾਂ ਬਾਬਾ ਪ੍ਰੈਸਕ੍ਰਾਈਬ ਕਰਕੇ ਗਿਆ ਸਾਨੂੰ ਦਵਾਈ ਦੇ ਕੇ ਗਿਆ ਕਿ ਕਾਕਾ ਇਹ ਖਾਣੀਆਂ ਖਾਣੀਆਂ ਐ ਇਹਦੇ ਬਗੈਰ ਤਾਂ ਸਵਾਦ ਆ ਹੀ ਨਹੀਂ ਆਉਣਾ ਤੇ ਉਹ ਜਿਹੜਾ ਪਿਆਲਾ ਬਣਾ ਕੇ ਗਿਆ ਸਾਨੂੰ ਉਪਲਾਓ ਇੱਥੇ ਪਤਾ ਲੱਗਦਾ ਲੋਕਾਂ ਨੂੰ ਕਿ ਸਾਨੂੰ ਵਾਰਸ ਸਾਡੀ ਵਿਰਾਸਤ ਕੀ ਐ ਪਰਚਾ ਸ਼ਬਦ ਦਾ ਜੀ ਜਿਹੜਾ ਖੋਜ ਕਹਿੰਦੇ ਜੋ ਪ੍ਰਭ ਕੋਲ ਮਿਲ ਬੋਚਾ ਹੈ ਖੋਜ ਸ਼ਬਦ ਮੈਲੇ ਤੇ ਹੁਣ ਤੁਹਾਡੀ ਖੋਜ ਮੈਂ ਚੁਰਾਵਾ ਤੇ ਉਹ ਕਾਹਦਾ ਅਰਥ ਰਹਿ ਗਿਆ ਫੇ ਅਸੀਂ ਕੰਟਰੀਬਿਊਟਰਸ ਨਹੀਂ ਹੁੰਨੇ ਅਸੀਂ ਕੰਜ਼ਿਊਮਰ ਬਣ ਜਾਂਦੇ ਹਾਂ ਸੋ ਇਹ ਇਸ ਚੀਜ਼ ਦੀ ਘਾਟ ਜ਼ਰੂਰ ਹੈਗੀ ਹੈ ਪਰ ਉਮੀਦ ਉਮੀਦੀਆਂ ਕਰਨਾ ਜ਼ਰੂਰ ਹੈਗੀਆਂ ਨੇ ਉਸ ਉਸ ਦਲਦਲ ਚੋਂ ਕਾਲ ਵੀ ਖਿਲਦੇ ਮੈਨੂੰ ਕਿਤੇ ਨਾ ਕਿਤੇ ਨਜ਼ਰ ਆ ਜਾਂਦੇ ਰਹੇ ਨੇ ਜਿਹਦੇ ਨਾਲ ਮੇਰਾ ਵੀ ਜੀ ਲੱਗਾ ਰਹਿੰਦਾ ਸੋ ਉਮੀਦ ਦੀ ਕਿਰਨ ਹੈ ਕਿਤਨਾ ਕਿਤੇ ਵਾਕਈ ਉਹ ਕਲੀਆਂ ਨੇ ਜੋ ਖਿਲਦੀਆਂ ਨੇ ਜੋ ਇੱਕ ਨਵੀਂ ਉਮੀਦ ਲੈ ਕੇ ਆਉਂਦੀਆਂ ਨੇ